बैठा गुर भारी अर्जन काया पलट कै मूरत हर गोविंद सवारी सो कहो टल गुर सेवी है एहनस सहज सभाए दर्शन परसिया गुरु कै जन्म मरण दुख जाए सतनाम श्री वाहिगुरु साहेब जी सोरठ महला पंजवा गुर पूरा भेट्यो वड भागी मन है पिया परगासा कोए ना पहुंचन हारा दूजा अपने साहेब का परवासा गुर पूरा भेट्यो वड भागी मन है पिया परगासा कोए ना पहुंचन हारा दूजा अपने साहेब का परवासा अपने सतगुर कै बलहार आगे सुख पासे सुख सहजा कर आनंद हमारे रहाओ अंतर जामी करने हारा सोई खसम हमारा निरभौ भए गुर चरनी लागे एक राम नाम आधारा सफल दर्शन अकाल मूरत प्रभ है पी होवन हारा कंठ लगाए अपने जन राखे अपनी प्रीत प्यारा वडी वडियाई अचरज शोभा काल जे आया रासे नानक को गुर पूरा भेट्यो सगले दुख विनाशी वडी वडियाई अचरज शोभा कारज आया रासे नानक को गुर पूरा भेट्यो सगले दुख विनाशे वाहे गुरु जी का खालसा वाहे गुरु जी की फतेह सतनाम श्री वाहे गुरु साहेब जी सोरठ महला पंजवा गुर पूरा भेट्यो वड भागी मन है पिया परगासा।
ਦਸਾਂਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਨੇ ਅਪਾਰ ਰਹਿਮਤ ਬਖਸ਼ਿਸ਼ ਕੀਤੀ ਹੈ ਦਰਸ਼ਨ ਦਿਦਾਰ ਬਖਸ਼ੇ ਹਨ ਗੁਰਬਾਣੀ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਜੇ ਕੋਈ ਗੁਰਮੁਖ ਪਿਆਰਾ ਮਨ ਵਿੱਚ ਸੰਕਲਪ ਲਿਆਵੇ ਕਿ ਗਿਆਨੀ ਜੀ ਸਮਾਂ ਬਹੁਤ ਥੋੜ੍ਹਾ ਹੈ ਮੇਰੇ ਕੋਲੇ ਪਰ ਕਥਾ ਮੈਂ ਇਸ ਹੁਕਮਨਾਮੇ ਦੀ ਜ਼ਰੂਰ ਸੁਣਨੀ ਚਾਹੁੰਦਾ ਹਾਂ ਤੇ ਮੈਂ ਚਾਹੁੰਦਾ ਹਾਂ ਕਿ ਸੰਖੇਪ ਸ਼ਬਦਾਂ ਦੇ ਵਿੱਚ ਮੈਨੂੰ ਪਤਾ ਲੱਗ ਜਾਵੇ ਕਿ ਗੁਰਦੇਵ ਪਾਤਸ਼ਾਹ ਕਹਿੰਦੇ ਕੀ ਨੇ ਤੇ ਸੰਖੇਪ ਸ਼ਬਦਾਂ ਦੇ ਵਿੱਚ ਅੱਜ ਦਾ ਪਾਵਨ ਉਪਦੇਸ਼ ਸਾਨੂੰ ਇਹ ਬਖਸ਼ਿਸ਼ ਕਰਦਾ ਹੈ ਭਾਵੇਂ ਤੈਨੂੰ ਦੁਨੀਆਂ ਦਾ ਬਹੁਤ ਗਿਆਨ ਹੈ ਪਰ ਲੇਕਿਨ ਤੈਨੂੰ ਆਪਣੇ ਆਪ ਦਾ ਗਿਆਨ ਉਦੋਂ ਹੋਵੇਗਾ ਜਦੋਂ ਪੂਰਾ ਗੁਰੂ ਮਿਲੇਗਾ ਆਪਣੇ ਆਪ ਦਾ ਗਿਆਨ ਮਨੁੱਖ ਨੂੰ ਨਹੀਂ ਹੈ ਦੁਨੀਆਂ ਦਾ ਗਿਆਨ ਮਨੁੱਖ ਕੋਲੇ ਹੈ ਬਹੁਤ ਕੁਝ ਹੈ ਮਨੁੱਖ ਕੋਲੇ ਸਾਇੰਸ ਕੋਲੇ ਬੜਾ ਕੁਝ ਹੈ ਬਟ ਜਿਹੜੇ ਸਾਇੰਸ ਦੀ ਪ੍ਰਕਿਰਿਆ ਨੂੰ ਚਲਾ ਰਹੇ ਨੇ ਉਹਨਾਂ ਨੂੰ ਆਪਣਾ ਪਤਾ ਨਹੀਂ ਵੀ ਅਸੀਂ ਕੀ ਹਾਂ ਅਸੀਂ ਦੂਜੇ ਨੂੰ ਆਪਣੀ ਉਮਰ ਦੇ ਵੱਡੇਪਨ ਨਾਲ ਆਪਣੀ ਦਾੜੀ ਦੇ ਚਿੱਟੇਪਨ ਨਾਲ ਬੜੀ ਸਿੱਖਿਆ ਦਿੰਦੇ ਹਾਂ ਪਰ ਸਾਨੂੰ ਆਪ ਨੂੰ ਖੁਦ ਨਹੀਂ ਪਤਾ ਵੀ ਅਸੀਂ ਹੈ ਕੀ ਹਾਂ ਇਸ ਕਰਕੇ ਗੁਰਦੇਵ ਨੇ ਅੱਜ ਦੇ ਪਾਵਨ ਸ਼ਬਦ ਵਿੱਚ ਸੰਖੇਪ ਬਾਤ ਸਾਨੂੰ ਇਹ ਕਹੀ ਹੈ ਵੀ ਦੁਨੀਆਂ ਦਾ ਗਿਆਨ ਤੂੰ ਬਹੁਤ ਰੱਖਦਾ ਹੈ ਪਰ ਤੇਰੇ ਅੰਦਰ ਕੋਈ ਗਿਆਨ ਨਹੀਂ ਹੈਗਾ ਤੈਨੂੰ ਆਪਣੇ ਆਪੇ ਦਾ ਕੋਈ ਗਿਆਨ ਨਹੀਂ ਹੈਗਾ ਇਹ ਗਿਆਨ ਕਿਤਾਬਾਂ ਚੋਂ ਨਹੀਂ ਇਹ ਗਿਆਨ ਗ੍ਰੰਥਾਂ ਚੋਂ ਨਹੀਂ ਇਹ ਗਿਆਨ ਜ਼ਿਆਦਾ ਪੜ੍ਹਨ ਨਾਲ ਨਹੀਂ ਇਹ ਗਿਆਨ ਜ਼ਿਆਦੀ ਉਮਰ ਵੱਡੀ ਹੋ ਜਾਣ ਨਾਲ ਨਹੀਂ ਇਹ ਗਿਆਨ ਜ਼ਿਆਦੀ ਲੰਬੀ ਦਾੜੀ ਜਾਂ ਜ਼ਿਆਦੇ ਚਿੱਟੀ ਜਾਂ ਚਿੱਟੇ ਵਾਲ ਹੋ ਜਾਣ ਨਾਲ ਨਹੀਂ ਜ਼ਿਆਦੀਆਂ ਗੱਲਾਂ ਆਉਂਦੀਆਂ ਨੇ ਉਹਦੇ ਨਾਲ ਨਹੀਂ ਆਪਣੇ ਆਪ ਦਾ ਗਿਆਨ ਉਦੋਂ ਹੀ ਹੋਣਾ ਹੈ ਜਦੋਂ ਪੂਰਾ ਗੁਰੂ ਮਿਲ ਪਵੇਗਾ ਜਦੋਂ ਪੂਰਾ ਗੁਰੂ ਮਿਲ ਪਵੇਗਾ ਉਹਨਾਂ ਚਿਰ ਗਿਆਨ ਨਹੀਂ ਹੋਣਾ ਹੁਣ ਬਾਤ ਇੱਥੇ ਆਣ ਕੇ ਮੁੱਕਦੀ ਸਵਾਲ ਬਣ ਜਾਂਦਾ ਇੱਕ ਵੀ ਗਿਆਨੀ ਜੀ ਤੁਸੀਂ ਕਹਿੰਦੇ ਜੇ ਤੇ ਹੋਰ ਵੀ ਤਮਾਮ ਜਿਹੜੇ ਪ੍ਰਚਾਰਕ ਨੇ ਗਿਆਨੀ ਸਿੰਘ ਨੇ ਉਹ ਬਾਤ ਕਹਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪੂਰੇ ਗੁਰੂ ਨੇ ਤੁਸੀਂ ਵੀ ਕਹਿੰਦੇ ਜੇ ਹੋਰ ਵੀ ਵਿਦਵਾਨ ਜਨ ਕਹਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਖਰ ਅੱਖਰ ਪੂਰਨ ਗੁਰੂ ਹੈ ਗਿਆਨੀ ਜੀ ਅਸੀਂ ਬਾਣੀ ਤੇ ਪੜ੍ਹਦੇ ਹਾਂ ਤੁਸੀਂ ਤੇ ਇੱਕ ਇੱਕ ਅੱਖਰ ਨੂੰ ਗੁਰੂ ਕਹਿੰਦੇ ਜੇ ਅਸੀਂ ਚੌਵੀ ਚੌਵੀ ਅਸ਼ਟਪਦੀਆਂ ਪੜ੍ਹਦੇ ਹਾਂ ਤੁਸੀਂ ਇੱਕ ਇੱਕ ਅੱਖਰ ਨੂੰ ਗੁਰੂ ਕਹਿੰਦੇ ਜੇ ਅਸੀਂ ਸਮੇਤ ਦੋ ਸਲੋਕਾਂ ਦੇ 38 ਪੌੜੀਆਂ ਜਪਜੀ ਸਾਹਿਬ ਦੀਆਂ ਪੜ੍ਹਦੇ ਹਾਂ
ਜਾਂ ਤੇ ਫਿਰ ਸਾਡੇ ਅਤੇ ਗੁਰੂ ਅਸਰ ਨਹੀਂ ਕਰ ਰਿਹਾ, ਜਾਂ ਤੇ ਇਹ ਗੁਰੂ ਸਾਡੇ ਤੇ ਅਸਰ ਨਹੀਂ ਕਰਦਾ, ਜਾਂ ਫਿਰ ਗੁਰੂ ਵਿੱਚ ਤਾਕਤ ਹੈ ਨਹੀਂ। ਦੋ ਸਵਾਲ ਨੇ ਨਾ, ਜਾਂ ਤਾਂ ਇਹ ਗੁਰੂ ਸਾਡੇ ਤੇ ਕਿਰਪਾ ਹੀ ਨਹੀਂ ਕਰ ਰਿਹਾ, ਜਾਂ ਫਿਰ ਗਿਆਨੀ ਜੀ ਇਸ ਗੁਰੂ 'ਚ ਤਾਕਤ ਨਹੀਂ ਹੈਗੀ। ਬਾਣੀ ਤੇ ਅਸੀਂ ਪੜ੍ਹਦੇ, ਪਰ ਤੁਸੀਂ ਕਹਿੰਦੇ ਗਿਆਨ ਗੁਰੂ ਨਾਲ ਹੁੰਦਾ ਹੈ, ਤੇ ਗੁਰੂ ਨੂੰ ਤੇ ਰੋਜ਼ ਮਿਲਦੇ ਆ, ਤੇ ਗਿਆਨ ਤੇ ਸਾਡਾ ਹੁੰਦਾ ਨਹੀਂ। ਪਰ ਗੁਰਮੁਖੋ ਬੇਨਤੀ ਇਹ ਹੈ, ਇਹ ਗੁਰੂ ਪੜ੍ਹਨ ਵਾਲਾ ਨਹੀਂ ਹੈ, ਇਹ ਗੁਰੂ ਪੜ੍ਹਨ ਦਾ ਵਿਸ਼ਾ ਨਹੀਂ ਹੈ, ਇਹ ਗੁਰੂ ਮਹਿਸੂਸ ਕਰਨ ਦਾ ਵਿਸ਼ਾ ਹੈ। ਪੜ੍ਹਨ ਉੱਤੇ ਬੜਾ ਕੁਝ ਪੜ੍ਹਦੇ ਆ, ਪਰ ਰਸਾਲੇ ਕੀ, ਕਿਤਾਬਾਂ ਕੀ, ਫਿਲਮਾਂ ਦੇ ਨਾਵਲ ਕੀ, ਕਈ ਤਰ੍ਹਾਂ ਦਾ ਲਿਟਰੇਚਰ ਪਕੜਦੇ ਆਪਾਂ ਪੜ੍ਹਦੇ ਹਾਂ। ਗੁਰੂ ਪੜ੍ਹਨ ਦਾ ਵਿਸ਼ਾ ਨਹੀਂ, ਗੁਰੂ ਮਹਿਸੂਸ ਕਰਨ ਦਾ ਵਿਸ਼ਾ ਹੈ। ਗੁਰੂ ਸੁਣਨ ਦਾ ਵਿਸ਼ਾ ਨਹੀਂ ਹੈ, ਗੁਰੂ ਵੇਖਣ ਦਾ ਵਿਸ਼ਾ ਨਹੀਂ ਹੈ। ਜੇ ਗੁਰੂ ਪੜ੍ਹਨ ਦਾ ਵਿਸ਼ਾ ਹੁੰਦਾ, ਜੇ ਗੁਰੂ ਸੁਣਨ ਦਾ ਵਿਸ਼ਾ ਹੁੰਦਾ, ਜੇ ਗੁਰੂ ਵੇਖਣ ਦਾ ਵਿਸ਼ਾ ਹੁੰਦਾ, ਫਿਰ ਗੁਰਦੇਵ ਅਗੰਮ ਸ਼ਬਦ ਨਾਲ ਲਿਖਦੇ। ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਗੰਮ ਸ਼ਬਦ ਕਿਤੇ ਨਾ ਆਉਂਦਾ, ਕਿਉਂਕਿ ਜੇ ਅਸੀਂ ਗੁਰੂ ਨੂੰ ਪੜ੍ਹ ਲਿਆ ਤੇ ਗੁਰੂ ਸਾਡੀ ਪਕੜ 'ਚ ਆ ਗਿਆ। ਜੇ ਆਪਾਂ ਰਸਨਾ ਨਾਲ ਪੂਰਨ ਗੁਰੂ ਪੜ੍ਹ ਲਿਆ ਤੇ ਫਿਰ ਤੇ ਅਗੰਮ ਨਹੀਂ ਹੈ, ਫਿਰ ਤੇ ਪੜ੍ਹਾਈ ਦਾ ਵਿਸ਼ਾ ਹੈ ਗੁਰੂ, ਫਿਰ ਤੇ ਸ਼ਬਦਾਂ ਦੇ ਵਿੱਚ ਬੰਧ ਹੈ ਗੁਰੂ, ਸ਼ਬਦ ਵਿਸ਼ਾ ਹੈ ਗੁਰੂ। ਜੇ ਗੁਰੂ ਨੂੰ ਸੁਣ ਲਿਆ ਆਪਾਂ, ਗੁਰੂ ਦੀ ਬਾਤ ਨੂੰ ਮੁਕੰਮਲ ਹੋ ਗਈ ਆਪਾਂ ਨੂੰ ਸੁਣ ਕੇ, ਤੇ ਫਿਰ ਵੀ ਗੁਰੂ ਅਗੰਮ ਨਹੀਂ, ਗੁਰੂ ਸੁਣਨ ਦਾ ਵਿਸ਼ਾ ਰਹਿ ਗਿਆ, ਕੇਵਲ ਸ਼੍ਰਵਣ ਦਾ, ਕੇਵਲ ਨਾਦ ਦਾ ਵਿਸ਼ਾ ਬਣ ਗਿਆ ਗੁਰੂ। ਤੇ ਜੇ ਗੁਰੂ ਨੂੰ ਆਪਾਂ ਵੇਖ ਲਿਆ, ਫਿਰ ਅਗੰਮ ਸ਼ਬਦ ਵਿੱਚੋਂ ਕੱਢਣਾ ਪੈ ਸਕਦਾ ਹੈ, ਕਿਉਂਕਿ ਗੁਰੂ ਵੇਖਣ ਦਾ ਵਿਸ਼ਾ ਨਹੀਂ, ਗੁਰੂ ਤੇ ਵੇਖਣ ਦੀ ਸ਼ਕਤੀ ਤੋਂ ਪਰੇ ਦਾ ਵਿਸ਼ਾ ਹੈ। ਆਪਾਂ ਪੜ੍ਹਦੇ ਹਾਂ ਅਗੰਮ ਅਗੋਚਰ, ਆਪਾਂ ਸ਼ਬਦ ਪੜ੍ਹਦੇ ਪਾਰਾਵਾਰ ਅਪਾਰ, ਇਹ ਸਾਰੇ ਸ਼ਬਦ ਸਾਨੂੰ ਇਹ ਸਿੱਖਿਆ ਦਿੰਦੇ ਨੇ, ਗੁਰੂ ਕਿਆ ਸਿੱਖਾ, ਗੁਰੂ ਪਕੜ ਦਾ ਵਿਸ਼ਾ ਨਹੀਂ ਹੈ, ਚਾਹੇ ਉਹ ਪੜ੍ਹਨ ਦੀ ਹੋਵੇ, ਚਾਹੇ ਸੁਣਨ ਦੀ ਹੋਵੇ, ਚਾਹੇ ਵੇਖਣ ਦੀ ਹੋਵੇ। ਗੁਰੂ ਮਹਿਸੂਸ ਕਰਨ ਦਾ ਵਿਸ਼ਾ ਹੈ, ਜਿਵੇਂ ਹਵਾ ਮਹਿਸੂਸ ਕਰਨੀ, ਜਿਵੇਂ ਅੱਗ ਦਾ ਸੇਕ ਮਹਿਸੂਸ ਕਰਨਾ ਹੈ। ਹੁਣ ਅੱਗ ਬਲਦੀ ਹੈ, ਅੱਗ ਦੇ ਉੱਤੇ ਆਪਾਂ ਜਦੋਂ ਉਹਦੀ ਧੂਣੀ ਨੂੰ ਸੇਕਦੇ ਹਾਂ, ਉਸ ਅੱਗ ਦੇ ਵਿੱਚੋਂ ਸਾਨੂੰ ਸੇਕ ਸਾਡੇ ਸਰੀਰ ਨੂੰ ਮਹਿਸੂਸ ਹੁੰਦਾ ਵੀ ਸੇਕ ਲੱਗ ਰਿਹਾ ਹੈ। ਹਵਾ, ਹਵਾ ਵਗਦੀ ਹੈ ਤੇ ਹਵਾ ਸਰੀਰ ਨਾਲ ਟੱਚ ਹੁੰਦੀ ਤੇ ਕੇਵਲ ਮਹਿਸੂਸ ਹੁੰਦੀ ਹੈ ਵੀ ਸਾਨੂੰ ਹਵਾ ਲੱਗ ਰਹੀ ਹੈ, ਪਰ ਦੀਦੀ ਨਹੀਂ, ਸੇਕ ਵੀ ਸਾਨੂੰ ਦੀਦਾ ਨਹੀਂ, ਅੱਗ ਤੇ ਦੀਦੀ ਹੈ, ਅੱਗ ਦਾ ਸੇਕ ਨਜ਼ਰ ਨਹੀਂ ਆਉਂਦਾ। ਜਿਵੇਂ ਅੱਗ ਦਾ ਸੇਕ ਪਕੜ ਵਿੱਚ ਨਹੀਂ ਆ ਸਕਦਾ, ਅੱਗ ਪਕੜ 'ਚ ਹੈ, ਤੁਸੀਂ ਲੱਕੜਾਂ 'ਤੇ ਪਾਣੀ ਪਾ ਦਿਓ ਅੱਗ ਗਈ, ਮਾਸਾ ਤੇਲ ਪਾ ਦਿਓ ਅੱਗ ਹੋਰ ਮੱਚ ਗਈ, ਅੱਗ ਪਕੜ ਦਾ ਵਿਸ਼ਾ ਹੈ। ਪਰ ਜਿਹੜੀ ਉਸ ਅੱਗ ਦੇ ਵਿੱਚੋਂ ਸੇਕ ਤਪਸ਼ ਨਿਕਲਦੀ ਹੈ, ਉਹ ਪਕੜ ਦਾ ਵਿਸ਼ਾ ਨਹੀਂ ਹੈਗਾ। ਹਵਾ ਪਕੜ ਦਾ ਵਿਸ਼ਾ ਨਹੀਂ ਹੈ, ਪੱਖਾ ਬੰਦ ਹੋ ਗਿਆ ਹਵਾ ਬੰਦ ਹੋ ਗਈ, ਪੱਖਾ ਚੱਲ ਪਿਆ ਹਵਾ ਚੱਲ ਪਈ, ਰੁੱਖ ਹਿੱਲੇ ਨੇ ਤੇ ਹਵਾ ਬਣੀ ਹੈ, ਜੇ ਰੁੱਖ ਨਾ ਹਿੱਲਦੇ ਹਵਾ ਨਹੀਂ, ਦਰਖਤ ਹਿੱਲੇ ਨੇ, ਦਰਖਤ ਪਕੜ ਦਾ ਵਿਸ਼ਾ, ਦਰਖਤ ਵੱਢ ਦਿੱਤੇ ਗਏ, ਹਵਾ ਦਾ ਨਹੀਂ ਪਤਾ ਲੱਗੇਗਾ ਵਗ ਰਹੀ, ਪਰ ਲੇਕਿਨ ਹਵਾ ਤੇ ਸਰੀਰ ਨੂੰ ਫਿਰ ਵੀ ਲੱਗ ਰਹੀ ਹੈ। ਦਰਖਤ ਪਕੜ ਦਾ ਵਿਸ਼ਾ ਨੇ, ਪਰ ਲੇਕਿਨ ਹਵਾ ਪਕੜ ਦਾ ਵਿਸ਼ਾ ਨਹੀਂ, ਇਸ ਕਰਕੇ ਗੁਰੂ ਮਹਿਸੂਸ ਕਰਨ ਦਾ ਵਿਸ਼ਾ ਹੈ, ਗੁਰੂ ਪਕੜ ਦਾ ਵਿਸ਼ਾ ਨਹੀਂ ਹੈ। ਅਸੀਂ ਪਕੜਨਾ ਚਾਹੁੰਦੇ ਹਾਂ ਗੁਰੂ ਨੂੰ, ਵੀ ਫੜ ਲਈਏ, ਬੰਦ ਕਰ ਲਈਏ ਆਪਣੇ ਹੱਥਾਂ 'ਚ, ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਲਿਆ, ਗੁਰੂ ਤੋਂ ਬਗੈਰ ਗਿਆਨ ਨਹੀਂ ਹੋਣਾ, ਪਰ ਯਾਦ ਰੱਖੀ ਇਹ ਸ਼ੰਕਾ ਨਾ ਕਰੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਕਤ ਨਹੀਂ ਹੈ।
ਜਾਂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਦਾ ਨਹੀਂ ਹੈ, ਗੁਰੂ ਤੇ ਕਿਰਪਾ ਕਰਦਾ ਹੈ, ਹਵਾ ਤੇ ਵਗਦੀ ਹੈ, ਅੱਗ ਤੇ ਬਲਦੀ ਹੈ, ਤੂੰ ਅੱਗ ਤੋਂ 50 ਫੁੱਟ ਦੂਰ ਹੋ ਕੇ ਬੈਠੇਗਾ ਤੇ ਨਿੱਘ ਨਹੀਂ ਮਿਲੇਗਾ। ਅੱਗ ਤੋਂ 50 ਫੁੱਟ ਦੂਰ ਹੋ ਕੇ ਬਹਿ ਜਾਏਗਾ, ਨਿੱਘ ਨਹੀਂ ਮਿਲੇਗਾ। ਹਵਾ ਤੇ ਵਗਦੀ ਹੈ, ਤੂੰ ਅੰਦਰ ਵੜ ਕੇ ਕੁੰਡੀ ਮਾਰ ਲਏਗਾ ਤੇ ਹਵਾ ਕਿਵੇਂ ਲੱਗੂਗੀ? ਤੈਨੂੰ ਕਿਵੇਂ ਪਤਾ ਲੱਗੂ ਹਵਾ ਵਗ ਰਹੀ ਹੈ? ਗੁਰੂ ਵਿੱਚ ਤਾਕਤ ਵੀ ਹੈ, ਗੁਰੂ ਵਿੱਚ ਸ਼ਕਤੀ ਵੀ ਹੈ, ਗੁਰੂ ਕਿਰਪਾ ਵੀ ਕਰਦਾ, ਗੁਰੂ ਸਭ ਕੁਝ ਕਰਨ ਦੇ ਸਮਰੱਥ ਹੈ। ਪਰ ਤੂੰ ਅੰਧ ਗਿਆਨ ਦੇ ਕੁੜੀਆਂ ਦੇ ਵਿੱਚ ਕੋਠੜੀ 'ਚ ਵੜ ਕੇ ਕੁੰਡੀ ਮਾਰ ਲਏਗਾ ਤੇ ਗੁਰੂ ਕੀ ਕਰੇਗਾ? ਗੁਰੂ ਕੀ ਕਰੇਗਾ? ਜਰਾ ਬਾਹਰ ਨਿਕਲ, ਹਵਾ ਦੇ ਵਿੱਚ ਆ, ਜਰਾ ਅੱਗ ਦੇ ਨਜ਼ਦੀਕ ਹੋ ਤਾਂ ਕਿ ਤੈਨੂੰ ਹਵਾ ਵੀ ਲੱਗੇ, ਤੈਨੂੰ ਮਹਿਸੂਸ ਹੋਵੇ, ਤੈਨੂੰ ਸੇਕ ਵੀ ਲੱਗੇ, ਤੈਨੂੰ ਮਹਿਸੂਸ ਹੋਵੇ, ਗੁਰੂ ਦੇ ਨੇੜੇ ਹੋ, ਗੁਰੂ ਦੀ ਕਿਰਪਾ ਤੈਨੂੰ ਮਹਿਸੂਸ ਹੋਵੇ। ਇਸ ਕਰਕੇ ਗੁਰਦੇਵ ਸਤਿਗੁਰੂ ਨੇ ਅੱਜ ਕਿਰਪਾ ਕੀਤੀ ਸਾਡੇ ਤੇ। ਕੀ ਕਿਹਾ ਗੁਰਦੇਵ ਨੇ? ਗੁਰਦੇਵ ਕਹਿੰਦੇ ਗੁਰੂ ਨੂੰ ਪੜ੍ਹ ਪੜ੍ਹ ਕੇ ਨਾ ਪਕੜਨ ਦਾ ਯਤਨ ਕਰ। ਅਸੀਂ ਬਾਣੀ ਜ਼ਿਆਦਾ ਪੜ੍ਹਦੇ ਹਾਂ, ਬਾਣੀ ਅਸੀਂ ਬਹੁਤ ਪੜ੍ਹ ਰਹੇ ਹਾਂ, ਇਹਦੇ 'ਚ ਕੋਈ ਦੋ ਰਾਇ ਨਹੀਂ ਵੀ ਅਸੀਂ ਬਾਣੀ ਨਹੀਂ ਪੜ੍ਹ ਰਹੇ। ਪੜ੍ਹ ਵੀ ਰਹੇ, ਪੜ੍ਹਨੀ ਗੱਲ ਵੀ ਚੰਗੀ ਹੈ। ਮੈਂ ਇਹ ਨਹੀਂ ਕਹਿੰਦਾ ਵੀ ਕੋਈ ਗੁਨਾਹ ਕਰ ਰਹੇ ਆਪਾਂ ਬਾਣੀ ਪੜ੍ਹ ਕੇ। ਬਾਣੀ ਪੜ੍ਹਨੀ ਬੜੀ ਚੰਗੀ ਅਤੇ ਨੇਕ ਬਾਤ ਹੈ, ਪਰ ਗੁਰਮੁਖੋ ਆਪਣੇ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ, ਹਾਂ ਗੁਰੂ ਗ੍ਰੰਥ ਸਾਹਿਬ 'ਤੇ ਸ਼ਰਧਾ ਕਿੰਨੀ ਕੁ ਹੈ? ਬਾਣੀ ਪੜ੍ਹਨੀ ਬੁਰੀ ਬਾਤ ਨਹੀਂ, ਬਾਣੀ ਪੜ੍ਹਨੀ ਬਹੁਤ ਚੰਗੀ ਗੱਲ ਹੈ। ਮੈਂ ਫਿਰ ਰਿਪੀਟ ਕਰ ਰਿਹਾ ਵੀ ਕੋਈ ਸ਼ੰਕਾ ਨਾ ਪੈ ਜਾਵੇ ਸਾਡੇ ਮਨ 'ਚ ਵੀ ਗਿਆਨੀ ਜੀ ਨੇ ਸ਼ਾਇਦ ਬਾਣੀ ਪੜ੍ਹਨ ਤੋਂ ਰੋਕਤਾ। ਨਹੀਂ, ਬਾਣੀ ਪੜ੍ਹਨੀ ਬਹੁਤ ਚੰਗੀ ਗੱਲ ਹੈ ਅਤੇ ਬਾਣੀ ਪੜ੍ਹਨੀ ਚਾਹੀਦੀ ਹੈ, ਪਰ ਜਿਹੜੀ ਬਾਣੀ ਪੜ੍ਹ ਰਹੇ ਉਹਦੇ 'ਤੇ ਸ਼ਰਧਾ ਕਿੰਨੀ ਕੁ ਹੈ? ਸਭ ਤੋਂ ਪਹਿਲਾਂ ਇਹ ਨੋਟ ਕਰਨਾ ਚਾਹੀਦਾ, ਸਭ ਤੋਂ ਪਹਿਲਾਂ ਪੜ੍ਹੀ ਅਸੀਂ ਜਾ ਰਹੇ, ਪੜ੍ਹੀ ਜਾਂਦੇ ਹਾਂ, ਪੜ੍ਹੀ ਜਾਂਦੇ ਹਾਂ, ਸੁਖਣੀ ਵੀ ਪੜ੍ਹਦੇ ਹਾਂ, ਜਪਜੀ ਵੀ ਪੜ੍ਹਦੇ ਹਾਂ, ਜਾਪ ਵੀ ਪੜ੍ਹਦੇ ਹਾਂ, ਚਪਈ ਵੀ ਪੜ੍ਹਦੇ ਹਾਂ, ਸਵਈਏ ਵੀ ਪੜ੍ਹਦੇ ਹਾਂ, ਆਨੰਦ ਸਾਹਿਬ ਵੀ ਪੜ੍ਹਦੇ ਹਾਂ, ਰਹਿਰਾਸ ਵੀ ਪੜ੍ਹਦੇ ਅਤੇ ਕੀਰਤਨ ਸੋਹਿਲਾ ਵੀ ਪੜ੍ਹਦੇ ਹਾਂ, ਪਰ ਲੇਕਿਨ ਕੇਵਲ ਅਤੇ ਕੇਵਲ ਪਕੜ, ਕੇਵਲ ਅਤੇ ਕੇਵਲ ਪਕੜ ਅਸੀਂ ਪਕੜਨਾ ਚਾਹੁੰਦੇ ਹਾਂ। ਅਸੀਂ ਰੱਬ ਨੂੰ ਬੰਦ ਕਰਨਾ ਚਾਹੁੰਦੇ, ਅਸੀਂ ਰੱਬ ਨੂੰ ਆਪਣੇ ਅਧੀਨ ਗੁਲਾਮ ਕਰਨਾ ਚਾਹੁੰਦੇ। ਨਹੀਂ, ਰੱਬ ਆਜ਼ਾਦ ਹਸਤੀ ਹੈ। ਤੇਰੇ ਤੇਰਾ ਪੱਖਾ ਬੰਦ ਹੋਵੇ ਤੇ ਉਹ ਗੱਲ ਵੱਖਰੀ, ਤੈਨੂੰ ਹਵਾ ਲੱਗਣੀ ਹਟ ਜੇ, ਪਰ ਇਹਦਾ ਮਤਲਬ ਥੋੜੀ ਕਿ ਹਵਾ ਦਾ ਮੌਜੂਦ ਖਤਮ ਹੋ ਗਿਆ, ਤੂੰ ਪੱਖਾ ਬੰਦ ਕਰ ਦਿੱਤਾ। ਤੂੰ ਅੱਗ ਤੇ ਪਾਣੀ ਪਾ ਦੇਵੇਂ ਤੇ ਤੇਰੇ ਲਾਗਲੀ ਅੱਗ ਬੁੱਝ ਸਕਦੀ, ਇਹਦਾ ਮਤਲਬ ਇਹ ਥੋੜੀ ਵੀ ਦੁਨੀਆਂ ਭਰ ਦੀ ਅੱਗ ਦਾ ਵਜੂਦ ਖਤਮ ਹੋ ਗਿਆ। ਤੂੰ ਗੁਰੂ ਤੋਂ ਬੇਮੁੱਖ ਹੋ ਕੇ, ਨਿਸ਼ਰਧਕ ਹੋ ਕੇ ਅੰਦਰ ਵੜ ਜੇ, ਕੁੰਡੀ ਮਾਰ ਲਵੇ ਤੇ ਇਹਦਾ ਮਤਲਬ ਇਹ ਨਹੀਂ ਵੀ ਗੁਰੂ 'ਚ ਸਮਰੱਥਾ ਨਹੀਂ, ਗੁਰੂ 'ਚ ਤਾਕਤ ਨਹੀਂ ਹੈ। ਗੁਰੂ ਸਮਰੱਥ ਨਹੀਂ ਕਹੇ ਜੀ ਦੇ, ਗੁਰੂ ਸਭ ਕੁਝ ਕਰਨ ਦੇ ਸਮਰੱਥ ਹੈ, ਪਰ ਲੇਕਿਨ ਕੀ ਹੋਣਾ ਪਵੇਗਾ? ਭੇਟਿਓ ਮਿਲਣਾ ਪਵੇਗਾ, ਨਜ਼ਦੀਕ ਹੋਣਾ ਪਵੇਗਾ। ਗੁਰੂ ਦੇ ਨਜ਼ਦੀਕ ਹੋਵੇਗਾ ਤੇ ਕੀ ਸਵਾਰ ਦਿੰਦਾ ਹੈ? ਗੁਰੂ ਦੇ ਨਜ਼ਦੀਕ ਹੋਈਏ ਤੇ ਕੀ ਸਵਾਰ ਦਿੰਦਾ ਹੈ? ਆਓ ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ, ਬੇਨਤੀ ਕਰੀਏ ਸਤਿਗੁਰੂ ਦੇ ਚਰਨਾਂ 'ਚ, ਅਰਦਾਸ ਕਰੀਏ, ਹੱਥ ਜੋੜੀਏ, ਹੇ ਗੁਰਦੇਵ ਸ਼ਹੀਦਾਂ ਦੇ ਸਰਤਾਜ ਸਤਿਗੁਰੂ, ਕਿਰਪਾ ਕਰ, ਸਾਡੇ 'ਤੇ ਰਹਿਮਤ ਕਰ, ਸਾਡੇ 'ਤੇ ਬਖਸ਼ਿਸ਼ ਕਰ, ਸਾਨੂੰ ਦੱਸ ਤੇਰੇ ਨਜ਼ਦੀਕ ਹੋਵਾਂਗੇ ਅਤੇ ਕੀ ਹੋਵੇਗਾ ਅਤੇ ਤੇਰੇ ਨਜ਼ਦੀਕ ਹੋਇਆ ਕਿਵੇਂ ਜਾਵੇਗਾ? ਇਹ ਗੁਰਦੇਵ ਕਿਰਪਾ ਕਰਨਗੇ ਰਲ ਮਿਲ ਕਰਕੇ ਸਾਰੇ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੋਰਠ ਰਾਗਣੀ ਦੇ ਅੰਦਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਮਾਂ ਭਾਨੀ ਦੇ ਲਾਡਲੇ
ਤਤੀਆਂ ਤਵੀਆਂ ਦੇ ਉੱਤੇ ਸਮਾਧੀ ਲਾਉਣ ਵਾਲੇ ਉਬਲਦੀ ਦੇਗ ਦੇ ਵਿੱਚ ਵਿਸਮਾਦ ਹੋਣ ਵਾਲੇ ਸਤਿਗੁਰੂ ਤੇ ਤੱਤੀ ਰੇਤਾ ਸੀਸ ਵਿੱਚ ਪਵਾ ਕੇ ਇਹ ਬਾਤ ਕਹਿਣ ਵਾਲੇ ਸਤਿਗੁਰੂ ਤੇਰਾ ਭਾਣਾ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ 609 ਅੰਗ ਤੇ ਅੱਜ ਬਖਸ਼ਿਸ਼ ਕਰਦੇ ਨੇ ਸਮਾਪਤੀ ਇਸ ਸ਼ਬਦ ਦੀ 610 ਅੰਗ ਤੇ ਜਾ ਕਰਕੇ ਹੋਵੇਗੀ ਜਿਵੇਂ ਸਤਿਗੁਰੂ ਕਿਰਪਾ ਕਰਦੇ ਨੇ ਆਓ ਸਰਵਣ ਕਰੀਏ ਜੀ ਗੁਰ ਪੂਰਾ ਭੇਟਿਓ ਵੱਡ ਭਾਗੀ ਮਨ ਹੈ ਧਿਆ ਪਰਗਾਸਾ ਪਹਿਲੇ ਜਿਹੜੇ ਸ਼ਬਦ ਨੇ ਉਹ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਸਰੀਰ ਦਾ ਬਿੰਬ ਬਣਾ ਕੇ ਕਹੇ ਨੇ ਜਿਹੜੀ ਬਾਤ ਆਪਾਂ ਪਹਿਲਾਂ ਕਹਿਣੀ ਹੈ ਕਿਉਂਕਿ ਦੂਜੇ ਨੂੰ ਕਹੀਏ ਆਪ ਨਾ ਕਰੀਏ ਇਹ ਵੀ ਗੱਲ ਠੀਕ ਨਹੀਂ ਤੇ ਗੁਰਦੇਵ ਨੇ ਪਹਿਲਾਂ ਪ੍ਰਬੰਧ ਹੀ ਇਹ ਕੀਤਾ ਹੈ ਸੱਚੇ ਸਤਿਗੁਰੂ ਨੇ ਜਿਹੜਾ ਸੱਚਾ ਗੁਰੂ ਹੁੰਦਾ ਹੈ ਨਾ ਉਹ ਪਹਿਲਾਂ ਇਹ ਬਾਤ ਕਰਦਾ ਪਹਿਲਾਂ ਆਪਣੇ ਤਨ ਤੇ ਹੰਡਾਉਂਦਾ ਹੈ ਫਿਰ ਦੂਜਿਆਂ ਨੂੰ ਕਹਿੰਦਾ ਤੇ ਜਿਹੜਾ ਝੂਠਾ ਗੁਰੂ ਹੁੰਦਾ ਹੈ ਦੂਜਿਆਂ ਨੂੰ ਕਹੀ ਜਾਂਦਾ ਪਰ ਆਪ ਕੱਖ ਨਹੀਂ ਕਰਦਾ ਉਹ ਇਹ ਬਾਤ ਸੱਚੇ ਗੁਰੂ ਦੀ ਹੈ ਤੇ ਸੱਚੇ ਗੁਰੂ ਨੇ ਪਹਿਲਾਂ ਕਿਹਾ ਗੁਰ ਪੂਰਾ ਭੇਟਿਓ ਵੱਡ ਭਾਗੀ ਵਡਭਾਗੀ ਤੇ ਆਣ ਕੇ ਆਪਾਂ ਰੁਕੇ ਇਹਦੇ ਅਰਥ ਬਣ ਗਏ ਵੀ ਵੱਡਿਆਂ ਭਾਗਾਂ ਵਾਲਿਓ ਗੁਰਸਿੱਖੋ ਤੁਹਾਨੂੰ ਅਸੀਂ ਗੁਰੂ ਅਰਜਨ ਸਾਹਿਬ ਕਹਿੰਦੇ ਬਾਤ ਸੁਣਾਉਂਦੇ ਹਾਂ ਕਿ ਅਸਾਂ ਨੇ ਪੂਰਾ ਜਿਹੜਾ ਪੂਰਨ ਗੁਰੂ ਸੀ ਨਾ ਉਹਦੇ ਨਾਲ ਮਿਲਾਪ ਕਰਨਾ ਕੀਤਾ ਹੈ ਸਾਡੇ ਭਾਗ ਵੱਡੇ ਸਨ ਪਹਿਲੀ ਬਾਤ ਗੁਰੂ ਅਰਜਨ ਸਾਹਿਬ ਆਪਣੇ ਸਰੀਰ ਦਾ ਬਿੰਬ ਨਿਸ਼ਾਨਾ ਬਣਾ ਕੇ ਸਾਨੂੰ ਸਮਝਾ ਰਹੇ ਨੇ ਗੁਰਪੂਰਾ ਹੇ ਗੁਰੂ ਕੇ ਸਿੱਖੋ ਅਸੀਂ ਪੂਰਨ ਗੁਰੂ ਨੂੰ ਭੇਟਿਓ ਮਿਲਣਾ ਕੀਤਾ ਹੈ ਪੂਰਨ ਗੁਰੂ ਕੌਣ ਹੈ ਗੁਰੂ ਰਾਮਦਾਸ ਸਾਹਿਬ ਸੱਚਾ ਪਾਤਸ਼ਾਹ ਗੁਰੂ ਅਰਜਨ ਨੇ ਆਪਣਾ ਬਾਪ ਹੀ ਨਹੀਂ ਸਮਝ ਛੱਡਿਆ ਵੀ ਮੇਰਾ ਪਿਓ ਹੀ ਹੈ ਕੀ ਸਮਝਿਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਗੁਰ ਗੁਰੂ ਸਮਝਿਆ ਮਾਰਗ ਦਰਸ਼ਕ ਮੀਲ ਪੱਥਰ ਜਿਹੜਾ ਸਾਨੂੰ ਸਾਡੀ ਮੰਜ਼ਿਲ ਤੇ ਪਹੁੰਚਾ ਦੇਵੇ ਰਸਤੇ ਦੇ ਵਿੱਚ ਆਪਾਂ ਕਿਤੇ ਵੀ ਜਾਈਏ ਮੀਲ ਪੱਥਰ ਲੱਗੇ ਹੁੰਦੇ ਨੇ ਰਸਤਾ ਭਾਵੇਂ ਕਿੰਨਾ ਵੀ ਸੋਹਣਾ ਹੋਵੇ ਪੱਧਰਾ ਹੋਵੇ ਹਾਂ ਕਿੰਨੀ ਵੀ ਵਧੀਆ GT ਰੋਡ ਬਣੀ ਹੋਵੇ ਤੇ ਉਹਦੇ ਉੱਤੇ ਬੋਰਡ ਤੇ ਮੀਲ ਪੱਥਰ ਨਾ ਨਾ ਲੱਗੇ ਹੋਣ ਤੇ ਸਾਰੀ ਖਲਕਤ ਉਲਝੀ ਫਿਰੇ ਉਹਦੇ ਉੱਤੇ ਕੋਈ ਉੱਧਰੋਂ ਗੱਡੀ ਮੋੜ ਰਿਹਾ ਹੋਵੇ ਕੋਈ ਉੱਧਰੋਂ ਮੋੜ ਰਿਹਾ ਹੋਵੇ ਕੋਈ ਇਹਨੂੰ ਘੁਮਾ ਰਿਹਾ ਹੋਵੇ ਕੋਈ ਉਹਨੂੰ ਘੁਮਾ ਰਿਹਾ ਹੋਵੇ ਥੋੜ੍ਹਾ ਬਹੁਤਾ ਜਿਹੜਾ ਰੋਡਾਂ 'ਤੇ ਰਸ਼ ਨਹੀਂ ਹੈ ਉਹ ਮੀਲ ਪੱਥਰਾਂ ਦੀ ਬਦੌਲਤ ਹੀ ਹੈ ਮੀਲ ਪੱਥਰ ਲੱਗੇ ਨੇ ਬੋਰਡ ਲੱਗੇ ਨੇ ਦੁਨੀਆਂ ਪੜ੍ਹ ਰਹੀ ਹੈ ਅੰਬਾਲਾ ਇੱਥੋਂ 9 ਕਿਲੋਮੀਟਰ ਹੈ ਕਰਨਾਲ ਇੱਥੋਂ 9 ਕਿਲੋਮੀਟਰ ਹੈ ਬਠਿੰਡਾ ਇੱਥੋਂ 9 ਕਿਲੋਮੀਟਰ ਹੈ ਪਟਿਆਲਾ ਇੱਥੋਂ 9 ਕਿਲੋਮੀਟਰ ਹੈ ਇੰਨਾ ਰਾਹ ਸਿੱਧਾ ਜਾਣਾ ਇੱਥੋਂ ਜਾ ਕੇ ਆਪਾਂ ਮੁੜ ਜਾਣਾ ਇਹ ਸਾਰਾ ਕੁਝ ਮੀਲ ਪੱਥਰਾਂ 'ਤੇ ਇਹਨਾਂ ਲੱਗੇ ਹੋਏ ਬੋਰਡਾਂ ਦੀ ਬਦੌਲਤ ਹੀ ਹੈ ਨਹੀਂ ਤਾਂ ਪਿੰਡਾਂ 'ਚ ਵੇਖਣਾ ਤੁਸੀਂ ਕਈ ਮੁਸਾਫਰ ਵਿਚਾਰੇ ਉਲਝੇ ਹੁੰਦੇ ਨੇ ਤੁਸੀਂ ਕਿਤੇ ਉੱਥੇ ਬੱਸ ਅੱਡੇ 10 ਮਿੰਟ ਖਲੋ ਕੇ ਵੇਖਣਾ ਕੋਈ ਨਾ ਕੋਈ 10 ਮਿੰਟਾਂ 'ਚ ਤੁਹਾਨੂੰ ਆਣ ਕੇ ਪੁੱਛ ਹੀ ਲਏਗਾ ਪਾਉ ਸੁਧਾਰ ਨੂੰ ਜਾਣਾ ਹੈ ਕਿੱਧਰ ਨੂੰ ਰਾਹ ਜਾਂਦਾ ਹੈ ਕਿਉਂ ਕਿਉਂਕਿ ਮੀਲ ਪੱਥਰ ਨਹੀਂ ਲੱਗਾ ਅਤੇ ਉਲਝਿਆ ਹੋਇਆ ਉਹ ਗੁਰੂ ਇੱਕ ਮੀਲ ਪੱਥਰ ਹੈ ਗੁਰੂ ਇੱਕ ਬੋਰਡ ਹੈ ਕਿਹੜੀ ਮੰਜ਼ਿਲ ਦਾ ਨਿਰੰਕਾਰ ਦੀ ਮੰਜ਼ਿਲ ਦਾ ਸੱਚਖੰਡ ਦੀ ਮੰਜ਼ਿਲ ਦਾ ਗੁਰੂ ਇੱਕ ਮੀਲ ਪੱਥਰ ਹੈ ਜਿਸ ਮਨੁੱਖ ਦੀ ਜ਼ਿੰਦਗੀ 'ਚ ਗੁਰੂ ਨਹੀਂ ਉਹ ਕਿਤੇ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ ਉਲਝਿਆ ਭਾਵੇਂ ਉਹ ਸਾਰੀ ਜ਼ਿੰਦਗੀ 'ਤੇ ਕਈ ਯੁੱਗ ਰਵੇ ਭਾਵੇਂ ਆਹ ਸਾਰੀ ਜ਼ਿੰਦਗੀ ਮਨੁੱਖ ਉਲਝਿਆ ਰਵੇ ਭਾਵੇਂ ਕਈ ਯੁੱਗ ਉਲਝਿਆ ਰਵੇ
पर जिन्ना चिर मील पत्थर रूप गुरु नहीं मनुख की जिंदगी मिलता उन्ना चिर मंजिल ते नहीं पहुंचेगा। इत्थे गुरु अर्जन साहब सच्चे पातशाह ने कहा सानू मंजिल ते पहुंचाउण वाला, सानू साडे टिकाणे दा मार्ग दसण वाला मील पत्थर मिल गया नानक निरंकारी। दस दिता निरंकारी नानक ने, कह दिता उठदिया बहिंदिया सुत्या जागदिया खांदिया पींदिया की करना है, हरी दा नाम ते आना है, हरी दा नाम ते आना है। यही मंजिल दा राह है, यही मंजिल दा राह है। राह भावें किन्ना भी माड़ा होवे ते गुरमुखो मील पत्थर लगे होण दा, राह भावें किन्ना भी कठिनाई वाला होवे, टोए होण कंडे होण पत्थर होण कई तरह के भावें उस रस्ते दे विच रुकावटां दे इंतजाम होण, पर लेकिन बोर्ड ते मील पत्थर लगा होवे भी रस्ता जाता है बठिंडे नूं इन्ने किलोमीटर दूरी ते है ते ये सीधा जाना है जां कित्थों तुसीं मुड़ जाना ते कित्थों तक तुसीं सीधे जाना है। रस्ता भावें औखा भी हो पर मील पत्थर दे सहारे लगे हुए बोर्ड दे सहारे बंदा वो टुटिया फुटिया कठिनाई वाला रिश्ता भी जड़ा है उन्नू सर कर लैंदा, उन्नू नबेड़ लैंदा, उहदे उपरों दी लंघ के अपनी मंजिल ते पहुंच जांदा है। हुण सवाल फिर इत्थे इक पैदा हुंदा वी ज्ञानी जी ने खराब रस्ते दा मील पत्थरां ते बोर्डां दे नाल क्यों बचन कहा। गुरमुखो ये जिहड़ा भगती दा रस्ता है ये जी टी रोड नहीं है, ये जिहड़ा भगती दा रस्ता है जी टी रोड नहीं है। जे किसी गुरमुख नूं शक होवे भी ज्ञानी जी ने गल विपरीत गल कही है उल्ट गल कही है गुरमर्यादा दे अनुकूल नहीं है ते गुरमुखो गुरमुख आवे कोले मेरे ते उन्नू मैं दऊंगा गुड़का साहिब सुखमनी साहब दा, सुखमनी साहब दा गुड़का साहब दऊंगा भी भाऊ लै हां फिर रस लै लै के पढ़ हां सुखमनी दी बाणी। ते जे गुरमुखो तीजी अष्टपदी ते नाम वासियां लैणियां शुरू कर देवे ते जिथे मर्जी बिठा के कह दिओ ज्ञानी जी तुसीं ते बिलकुल झूठे जे, जे तीजी अष्टपदी टप जे ना ते फिर तुसीं कह दिओ ज्ञानी जी तुसीं झूठे जे। कठिन रस्ता है बंदगी दा, कठिन रस्ता है, हैगा ते कठिन रस्ता। वासियां आउण लग पईआं ने पर मील पत्थर लगा होया है, बोर्ड लगा होया है, उह कहदा सुखमणी दा बोर्ड है, सुखमणी दा मील पत्थर है। सुखमणी दसदी है भी सिखा नींद ते आउणी शुरू हो गई, टोए ते तेरी राह च आ गए ने, पर जे ये टोए लंघ जाएगा ते पार लग जाएगा, जे वासियां वाला रस्ता लंघ जाएगा ना पार लग जाएगा। फिर की होएगा जदों कि चौथी अष्टपदी पढ़ेगा उदों कि फिर कम बड़े पैणगे, काम बड़े याद आउणगे, इधरला काम उधरला काम इत्थे भी जाना है उत्थे, ते फिर मन च भी आऊगा ज्ञानी नाल एवें शर्त जी ला के फासी गए आपां ते रस्ता कठिन हो गया ना। अगे ते टोए सी हुण कंडे भी आ गए, कंडे कादे आ गए, संकल्प आउण लग पे मन च, मन च कई तरह दीआं बातां आउण लग पईआं भी एवें ज्ञानी नाल बहस जी करके सिर फसा के फस गए हाँ, चंगे भला काम ते जाना सी हुण नूं मैं काम ते जा वड़ना सी, ज्ञानी नूं एवें कह बैठे ज्ञानी जी तुसीं गुरबाणी दी ते औखे रस्ते दी मील पत्थर दी ते बोर्डां दी तुलना क्यों कीती है। ये तुलना गुरमुखो इस करके कीती है भी आपां मोबाइल चलाउंदे होईए ना, टीवी वेंहदे होईए, चुगलियां करदे होईए, किसी दी भंडणी करदे होईए ना, ते याद रखियो तुहानूं ना वासी आउणी ना खुरक होणी ना काम पैणे ना किसे दा फोन ही आउणा है, ते तुसीं करन लग पो बंदगी, तुसीं करन लग पो पठन पाठ, तुसीं करन लग पो किते गुरद्वारे बर्तन मांजण दी सेवा, ते जिहड़े रिश्तेदार ने कदे फोन नहीं कीता उह फोन करेगा तुहानूं, उह फोन करेगा, उह फोन रिश्तेदार दा नहीं है, वो इस सेवा दे मार्ग विच रोड़े दा फोन है, सेवा दे मार्ग च। इस गल नूं ये ना लैणा ज्ञानी जी ने शायद कोई घड़ी सुनी बनाई बात कह दित्ती, नहीं गुरमुखो जिहड़े बंदे ने कदे फोन नहीं कीता, जिहड़े बंदे दा कदे सानूं ख्याल चित भी नहीं आया,
गुरु घर च संगत दे झूठे बर्तन मांजदिआं इहो जिहे बंदे दा फोन आएगा जिहड़ा सेवा च रुकावट पा देगा। फोन सुन ली चले गए, दस सालियां धोणो रह गईआं, दस थालियां जिहड़ियां धोणियां सन ओह धोणो रह गईआं, कोई होर धो के चलिया गया, सेवा च रुकावट बन गई। ਇਹ ਜਿਹੜਾ ਭਗਤੀ ਦਾ ਮਾਰਗ ਹੈ ਸੌਖਾ ਮਾਰਗ ਨਹੀਂ ਹੈ, ਇਹ ਜੀ ਟੀ ਰੋਡ ਨਹੀਂ ਹੈ, ਪੱਧਰੀ ਸੜਕ ਨਹੀਂ ਹੈ ਵੀ ਗੱਡੀ ਦੇ ਪੈਂਡਲ 'ਤੇ ਪੈਰ ਰੱਖਿਆ ਅਤੇ ਰੇਸ ਦੱਬੀ ਅਤੇ ਦਵਾ ਦਵਾ ਆਪਣੀ ਮੰਜ਼ਿਲ 'ਤੇ ਪਹੁੰਚ ਗਏ। ਇਹ ਭਗਤੀ ਦਾ ਮਾਰਗ ਬੜੇ ਟੋਇਆਂ ਟਿੱਬਿਆਂ ਰੋੜਿਆਂ ਅਤੇ ਪੱਥਰਾਂ ਵਾਲਾ ਮਾਰਗ ਹੈ। ਗੁਰੂ ਨੂੰ ਮਿਲਣਾ ਕਿਤੇ ਸੌਖਾ ਥੋੜ੍ਹੀ ਹੈ, ਗੁਰੂ ਨੂੰ ਮਿਲਣਾ ਗੁਰਪੂਰਾ ਭੇਟਿਓ, ਪੂਰੇ ਗੁਰੂ ਨੂੰ ਮਿਲਣਾ ਕਿਤੇ ਸੌਖੀ ਬਾਤ ਨਹੀਂ ਹੈ। ਰਸਤਾ ਜ਼ਰੂਰ ਔਖਾ ਹੈ ਪਰ ਹੱਥ 'ਚ ਮੀਲ ਪੱਥਰ ਹੈ, ਰਸਤਾ ਜ਼ਰੂਰ ਔਖਾ ਹੈ ਪਰ ਲੇਕਿਨ ਹੱਥ 'ਚ ਜਪਜੀ ਦਾ ਮੀਲ ਪੱਥਰ ਹੈ। ਗੁਰੂ ਕਿਆ ਸਿੱਖਾ ਸਮੇਤ ਮੂਲ ਮੰਤਰ ਦੇ ਸਲੋਕ ਪੜ੍ਹ ਕੇ 38 ਪੌੜੀਆਂ ਪੜ੍ਹ ਲਵੇਂਗਾ। ਯਾਦ ਰੱਖੀ ਜਪ ਨਿਸ਼ਾਨ ਤੂੰ ਆਪਣੇ ਨਿਸ਼ਾਨੇ 'ਤੇ ਪਹੁੰਚ ਜਾਏਗਾ। ਆਪਾਂ ਵਿਚਾਰ ਕੀਤੀ ਸੀ ਜਪਜੀ ਸਾਹਿਬ ਦਾ ਮੂਲ ਨਾਮ ਹੈ ਜਪ ਨਿਸ਼ਾਨ ਬਾਣੀ, ਜਿਹੜਾ ਨਿਸ਼ਾਨਾ ਲੈ ਕੇ ਤੁਰਨਾ ਉੱਥੇ ਪਹੁੰਚਣਾ। ਗੁਰੂ ਕਿਆ ਸਿੱਖਾ ਭਾਵਨਾ ਨਾਲ ਜਪਜੀ ਸਾਹਿਬ ਪੜ੍ਹ, ਜਿਸ ਮਾਰਗ ਨੂੰ ਜਿਸ ਮਰਕਜ਼ ਨੂੰ ਨਿਸ਼ਾਨਾ ਬਣਾ ਕੇ ਤੁਰਿਆ ਉੱਥੇ ਪਹੁੰਚ ਜਾਏਗਾ। ਰਸਤੇ ਵਿੱਚ ਰੋੜੇ ਕੰਡੇ ਟੋਏ ਬਹੁਤ ਆਉਣਗੇ ਪਰ ਯਾਦ ਰੱਖੀ ਹੱਥ 'ਚ ਮੀਲ ਪੱਥਰ ਵੀ ਹੈਗਾ ਹੈ, ਮੈਂ ਭੁੱਲਦਾ ਨਹੀਂ, ਹੱਥ 'ਚ ਮੀਲ ਪੱਥਰ ਵੀ ਹੈ। ਇਸ ਕਰਕੇ ਗੁਰਦੇਵ ਇਹਦੇ ਕਹਿੰਦੇ ਗੁਰਪੂਰਾ, ਪੂਰੇ ਗੁਰੂ ਨੂੰ ਮਿਲਿਆ ਹੀ ਤਾਂ ਜਾਂਦਾ ਹੈ, ਜੇ ਮੀਲ ਪੱਥਰ ਹੋਵੇ ਤਾਂ ਰਸਤਾ 'ਤੇ ਕਠਿਨਾਈ ਵਾਲਾ ਜ਼ਰੂਰ ਆਵੇਗਾ, ਰਸਤਾ 'ਤੇ ਕਠਿਨਾਈ ਵਾਲਾ ਜ਼ਰੂਰ ਆਵੇਗਾ ਪਰ ਲੇਕਿਨ ਜੇ ਹੱਥ 'ਚ ਮੀਲ ਪੱਥਰ ਹੋਵੇ ਪਾਰ ਹੋ ਜਾਏਗਾ। ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਇਹ ਬਾਤ ਆਪਣੇ 'ਤੇ ਗਏ ਲਾ ਕੇ ਕਹੀ। ਗੁਰਦੇਵ ਕਹਿੰਦੇ ਗੁਰੂ ਕੇ ਸਿੱਖੋ, ਪੂਰਾ ਗੁਰੂ ਐਵੇਂ ਨਹੀਂ ਮਿਲਿਆ, ਵੱਡ ਭਾਗੀ ਵੱਡਿਆਂ ਭਾਗਾਂ ਨੂੰ ਬਣਾਉਣ ਕਰਕੇ ਪ੍ਰਾਪਤ ਹੋਇਆ ਹੈ, ਕਰਮ ਉੱਚੇ ਕਰਨੇ ਪੈਂਦੇ ਨੇ। ਕਿੰਨੇ ਕੁ ਕਰਮ ਉੱਚੇ ਕੀਤੇ, ਕਿੰਨੀ ਕੁ ਗੁਰੂ ਅਰਜਨ ਸਾਹਿਬ ਨੇ ਮਿਹਨਤ ਕੀਤੀ ਗੁਰੂ ਰਾਮਦਾਸ ਨੂੰ ਪਾਉਣ ਵਾਸਤੇ, ਕਿੰਨਾ ਬਾਬਾ ਪ੍ਰਿਥੀ ਚੰਦ ਨੇ ਵਿਵਾਦ ਕੀਤਾ, ਕਿੰਨੇ ਦੁਸ਼ਮਣ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ 'ਤੇ ਚੜ੍ਹ ਕੇ ਆਏ ਅਤੇ ਖਾਕ ਹੋ ਗਏ, ਕਿੰਨਿਆਂ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਵਿਰੋਧ ਕੀਤਾ। ਆ ਜਦੋਂ ਕੋਈ ਆਪਣਾ ਵਿਰੋਧ ਕਰੇ ਨਾ ਗੁਰਮੁਖੋ ਅਸੀਂ ਤੈਸ਼ ਵਿੱਚ ਆ ਜਾਂਦੇ ਹਾਂ, ਕ੍ਰੋਧ 'ਚ ਆ ਜਾਂਦੇ ਹਾਂ, ਅਸੀਂ ਝੱਟ ਸਫਾਈਆਂ ਦੇਣ ਲੱਗ ਪੈਂਦੇ, ਨਹੀਂ ਇੱਦਾਂ ਨਹੀਂ ਉੱਦਾਂ ਨਹੀਂ ਇਉਂ ਨਹੀਂ ਜਿਉਂ ਨਹੀਂ। ਗੁਰਮੁਖ ਜਦੋਂ ਲੇਖਾ ਗੁਰੂ ਨੂੰ ਦੇਣਾ ਅਤੇ ਸੰਸਾਰ ਨੂੰ ਸਫਾਈਆਂ ਦੇਈਏ ਵੀ ਕਾਹਤੋਂ, ਜਦੋਂ ਅਸੀਂ ਲੇਖਾ ਹੀ ਗੁਰੂ ਨੂੰ ਦੇਣਾ ਹੈ, ਜਦੋਂ ਲੇਖਾ ਹੀ ਐਸ ਨਿਰੰਕਾਰ ਨੇ ਮੰਗਣਾ ਹੈ ਸਾਡੇ ਕੋਲੋਂ, ਤੇ ਦੁਨੀਆਂ ਨੂੰ ਸਫਾਈਆਂ ਕਿਹੜੀ ਗੱਲ ਦੀ ਹੁੰਦੀ ਹੈ, ਦੁਨੀਆਂ ਨੇ ਲੇਖਾ ਲੈਣਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਇੰਨਾ ਕਲੇਸ਼ ਕੀਤਾ ਪਰਿਵਾਰ ਦੇ ਮੈਂਬਰ ਨੇ, ਪਰਿਵਾਰ ਦੇ ਮੈਂਬਰ ਨੇ ਹਕੂਮਤ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਲਟ ਕਰ ਛੱਡੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਸਫਾਈਆਂ ਨਹੀਂ ਦਿਆਂਗੇ, ਜਦ ਦਿਆਂਗੇ ਸ਼ਹਾਦਤ ਹੀ ਦਿਆਂਗੇ। ਸਫਾਈਆਂ 'ਤੇ ਚੋਰ ਦਿੰਦੇ ਨੇ, ਸਫਾਈਆਂ 'ਤੇ ਲੁਟੇਰੇ ਦਿੰਦੇ ਨੇ, ਸਫਾਈ 'ਤੇ ਡਾਕੂ ਦਿੰਦਾ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਫਾਈਆਂ ਦਿੰਦੇ ਨੇ ਜਿਹੜੇ ਗੁਨਾਹਗਾਰ ਹੁੰਦੇ ਨੇ, ਜਿਹੜੇ ਧਰਮੀ ਹੁੰਦੇ ਨੇ ਉਹ ਸ਼ਹਾਦਤ ਦਿੰਦੇ ਨੇ, ਸ਼ਹਾਦਤ ਦਾ ਇਹ ਫਰਕ ਹੈ। ਅਸੀਂ ਬੜੀ ਛੇਤੀ ਘਬਰਾ ਜਾਂਦੇ ਜਦੋਂ ਕੋਈ ਸਾਡੇ ਖਿਲਾਫ ਉਲਟ ਫੁਲਟ ਪ੍ਰਚਾਰ ਕਰੇ ਨਾ, ਜਦੋਂ ਕੋਈ ਸਾਡੇ ਖਿਲਾਫ ਕੋਈ ਭੰਡਣੀ ਪ੍ਰਚਾਰ ਭੰਡੀ ਪ੍ਰਚਾਰ ਕਰਦਾ ਕੋਈ, ਅਸੀਂ ਬੜੀ ਛੇਤੀ ਘਬਰਾ ਕੇ ਸਫਾਈਆਂ ਦੇਣ ਲੱਗ ਪੈਂਦੇ ਹਾਂ। ਅਤੇ ਗੁਰੂ ਅਰਜਨ ਸਾਹਿਬ ਨੂੰ ਪੁੱਛੀਏ ਵੀ ਮਹਾਰਾਜ ਸਫਾਈਆਂ ਦੇਣੀਆਂ ਚਾਹੀਦੀਆਂ ਤੇ ਨਹੀਂ, ਗੁਰੂ ਅਰਜਨ ਸਾਹਿਬ ਕਹਿੰਦਾ ਮੈਂ ਤੇ ਨਹੀਂ ਦਿੱਤੀਆਂ, ਮੈਂ ਸਫਾਈਆਂ ਤਾਂ ਨਹੀਂ ਦਿੱਤੀਆਂ, ਮੈਂ ਧਰਮੀ ਸੀ, ਮੇਰਾ ਧਰਮ ਹੀ ਸਫਾਈ ਸੀ। ਇਸ ਕਰਕੇ ਗੁਰਦੇਵ ਕਹਿੰਦੇ ਧਰਮੀ ਹੋਣ ਕਰਕੇ ਹੀ ਮਨੁੱਖ ਵੱਡਿਆਂ ਭਾਗਾਂ ਵਾਲਾ ਹੁੰਦਾ ਹੈ, ਸਫਾਈਆਂ ਦੇਣ ਨਾਲ ਨਹੀਂ। ਸਫਾਈ 'ਤੇ ਸਹੁੰ ਰੱਖ ਕੇ ਵੀ ਤੁਸੀਂ ਕੋਰਟ ਕਚਹਿਰੀਆਂ 'ਚ ਜਾਂਦੇ, ਜੇ ਕੋਈ ਗਿਆ ਵੀ ਹੋਊਗਾ ਗੁਰੂ ਕਿਰਪਾ ਕਰੇ, ਵੈਸੇ ਜਾਣਾ ਨਾ ਪਵੇ ਕਿਸੇ ਨੂੰ,
कोर्ट कचहरी च वैसे जाना ना पवे किसी नूं, पर कोई ना कोई दुनियावी धंधा बनिया ही रहिंदा, आपां जांदे ही आ। ते कोर्ट दे विच धार्मिक ग्रंथ दे उत्ते हाथ रखा करके सौ खवाउंदे ने भी जो भी तू गवाही देण लगा जां जो भी तू बयानबाजी करन लगा है सौ खा के कह भी तू जो कुछ कहेगा वह सच ही कहेगा। गुरमुखो आप जी का तो मैनू पता नहीं, पर मैं अपनी अखां नाल वेखे ने पुरश जिन्ना ने कुछ माया लैके, कुछ दमड़िया लैके, कुछ माया लैके धर्म के ग्रंथ के उत्ते हाथ रख के भी झूठिया गवाहिया दतिया ने कि असी धर्म ग्रंथ से हाथ रख के कहने जो कुछ कहे सच कहे, सच नहीं किया उन्होंने, उन्होंने लख पंजा हजार दो लख के पिछे झूठिया गवाही दतिया ने ग्रंथा से हाथ रख के की कर लो गे। उ भला इदा के सहु खाण नाल बंदे धर्मी हो जाते नहीं, धर्म बंदे दे अंदर होना चाहिए, सफाई बंदे दे अंदर दी होनी चाहिए, बाहरली सफाई दुनिया नू देण दी लोड़ ही ना पवे। इत्थे गुरु अर्जन साहब सच्चे पातशाह कहिंदे गुर पूरा भेटियो चंगे कर्मां करके वड्डे भागां करके की होया भेटियो गुरु मिल गया, गुरु नाल मिलाप हो गया। नानक निरंकारी दी चौथी जोत गुरु रामदास नाल कहिंदे साडा मिलाप हो गया, हालांकि उन्होंने सपुत्र ने, हालांकि गुरु रामदास साहब सच्चे पातशाह जी दे सपुत्र ने गुरु अर्जन साहब, पर फिर भी भावना यह बनाई हुई है प्यो नहीं है मेरा गुरु है मेरा परमेश्वर है, गुरु रामदास मेरा बाप बाद च है मेरा निरंकार पहला है, यह गुरु अर्जन साहब की भावना। गुरदेव कहिंदे गुर पूरा भेटियो वडभागी, वड्डिया भागां दे सदका पूर्ण गुरु मिलिया ते की होया मन है भया प्रगासा। साडे मन विच अंतशकरण रूपी मुख विच मन विच की होया, गुरदेव कहिंदे प्रगासा ज्ञान हो गया। आ जिवें हुण नेरा है ना, हुण नेरा है, हुण कितें आसे पासे जाणा ते सानूं थोड़ा जिहा डर भी आऊ, दिक्कत भी आऊ नेरे करके, ते कड़ीक नूं सूरज देवता जी होणा ने निकल आउणा है, ते फिर सानूं कितें कोई डर भी नहीं ते कोई दिक्कत भी नहीं। देखो ये ते साडे कोले बड़ी जीवन दी वड्डी कथा आ, दिन ते रात, रात है डर भी है, देखो रात सी डर भी सी, कोई बंदा ना पै जे, कोई कुत्ता ना पै जे, सप ना लड़ जे, कितें डिग ना पईए, कितें एवें उल पुठे सीधे राहे ना पै जाइए, रात सी ते कई संसे सी, दिन है ते संसे मिट गए, फिक्र ही कोई नहीं, घरों बंदा निकलता किसी नूं कहण दी लोड़ नहीं पैंदी भी ध्यान नाल जाई नेरा वा कितें तैनूं डिग ना पई, किसी नूं कह कदी क्या किसी ने देने भी तू ध्यान ना जाई नेरा वा कितें डिग ना पवी, नहीं, घरदिआं नूं भी पता है भी यह दिन है, दिन जिहड़ा सूरज देवता है यह डिगण नहीं दिंदा, इहनूं पता है भी हुण सारिआं नूं राह रस्ता मार्ग दिखदा नज़र आउंदा है। इसे तरह गुरु अर्जन साहब सच्चे पातशाह कहिंदे जिहड़ा पूरा गुरु है ना, जिहड़ा पूरा परमेश्वर निरंकार गुरु रामदास साहब सच्चा पातशाह है वो सूरजां दे नमिंद है, ते धन गुरु रामदास साहब सच्चे पातशाह फिर डिगण नहीं दिंदे। आ फर्क है, आ फर्क है, जिहड़ी अज्ञानता यह रात है, अज्ञानता किहनूं कहिंदे जिहड़ी साडी मनमुखताई है, मन मगर लगे रहना, अपनियां मर्जियां करी जानियां, अपनी घोड़े भजाई फिरने, यह है मनमुखताई की रात, अज्ञानता की रात। ते गुरमुखताई की है, दिन का सूरज, दिन का सूरज है गुरु नानक, धन गुरु अंगद साहब सच्चे पातशाह, धन गुरु अमरदास, धन गुरु रामदास, धन गुरु अर्जन साहब सच्चे पातशाह कहिंदे साडे कोले चार सूरज ने, गुरु नानक जे सौ चंदा उगवै
सूरज चढ़े हजार इत्ते चानण हुंदिआं गुर बिन घोर अंधार। एक गुरु दी हजारां सूरजां ते सौ चंद्रमा नाल तुलना। गुरदेव कहिंदे मेरे कोले ते चार ने, गुरु नानक, गुरु अंगद, गुरु अमरदास ते गुरु रामदास। चार सूरज ने जिन्हां दे बराबर करोड़ां सूरजां दी भी तुलना नहीं हो सकती। करोड़ां सूरज चढ़ जाने एक पासे ते एक पासे चार गुरु होण ते बहुत है, बड़ी वड्डी बात है। गुरदेव कहिंदे मेरे कोले चार मेरे निरंकारी बाबे सूरज ने, उन्हां चार निरंकारियां दे नाल मेरा मिलाप होया, चार निरंकारी देहां दे नाल, नानक दियां चार जोतां दे नाल। पहली जोत नानक, दूजी जोत बदली ते अंगद हो गई, तीजा दीवा बलिया ते अमरदास हो गया, चौथा दीवा उस जोत चो बलिया ते रामदास हो गया। गुरु अर्जन साहब कहिंदे उन्हां दे मिलन करके मन है भया परगासा, मेरे मन च प्रकाश हो गया, मैनू अग्ञानता दी रात चुकी गई मेरे अंदरों, मेरे अंदर दिन दा सूरज चढ़ आया। हुण दूसरा अर्थ इहदा इह बनेगा, आपां रुक जाणा आण के गुर पूरा भेटियो, इत्थे आण के रुक जाणा। दूसरा अर्थ करना ना आपां, इह तो उह ते गुरु अर्जन साहब ने अपने ते गल लाई सी, हुण गुरु अर्जन साहब जी ने सानू भी सिख्या देनी है। हुण गुरदेव कहिंदे ने भेटियो, आपां सुभाव कहिंदे ओ भाऊ आ करियो ओए, सुभाविक आपां किसे नूं कहिंदे तू नहा लई वोए, तू जा आई वोए, तू आ लै आई वोए। इस करके गुरदेव कहिंदे भेटियो सिखो, पूरा गुरु भेट लियो, मिलाप कर लियो पूरे गुरु नाल, पूरे गुरु नूं लभ लियो, ढूंढ लियो। पूरा गुरु जिदन मिल पवेगा, जिदन पूरा गुरु तुहानू नजर आ जाएगा, उदन की होवेगा, वड भागी तुसीं वड्डिआं भागां वाले हो जाओगे, तुसीं वड्डिआं भागां वाले हो जाओगे। एक अर्थ हुंदा है गुरमुखो जिहड़ा आपां ने करना हुंदा शब्द दे मुताबक, विश्राम दे मुताबक। एक शब्द हुंदा है जिहनूं आपां अनुभवी अर्थ भी कह दिंदे आ, अनवे कह के भी कर दिंदे आ, उहदा भाव हुंदा है ਵੀ ਗੁਰੂ ਤੋਂ ਸੁਭ ਸਿੱਖਿਆ ਹੋਰ ਲੈਣੀ ਹੈ, ਕੁਝ ਅੱਖਰਾਂ ਨੂੰ ਅੱਗੇ ਪਿੱਛੇ ਕਰਕੇ ਅਰਥ ਕਰੀਏ ਤੇ ਹੋਰ ਸਿੱਖਿਆ ਪ੍ਰਾਪਤ ਹੋ ਜਾਂਦੀ ਹੈ। ਹੁਣ ਉਦਾਂ ਵੈਸੇ ਜਿਹੜਾ ਸ਼ੁੱਧ ਵਿਸ਼ਰਾਮ ਪੜਿਆ ਭਾਈ ਸਾਹਿਬ ਜੀ ਉਹਨਾਂ ਨੇ, ਸਰਪੰਚ ਸਾਹਿਬ ਹੋਣਾ, ਉਹ ਇਹੋ ਹੀ ਹੈ ਗੁਰ ਪੂਰਾ ਭੇਟਿਓ ਵਡਭਾਗੀ, ਵਡਭਾਗੀ ਤੇ ਆਣ ਕੇ ਵਿਸ਼ਰਾਮ ਹੈ। ਪਰ ਉਹ ਸਾਰੀ ਬਾਤ ਸੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਪਣੀ ਕਹਿ ਰਹੇ। पर हुण गुरदेव ने सानू होका दिता है, गुरु के सिखो गुर पूरा भेटियो, रुक जाना आण के भेटियो दा भाव ही सिखो, बाणी पढ़ियो सिखो, सेवा करियो सिखो, गुरु घर जायो, संगत विच बैठियो, की हो जाएगा वड भागी, तुसी वड्डिआं भागां वाले हो जाओगे, वड्डिआं भागां वाले हो जाओगे। गुरमुखो बुरा ना मनाउणा, ਤਿਉਹਾਰ ਆਉਂਦੇ ਨੇ ਮਨਾਉਂਦੇ ਆ, ਚੰਗੀ ਬਾਤ ਹੈ, ਕੋਈ ਬੁਰੀ ਬਾਤ ਨਹੀਂ, ਮੈਂ ਵਿਰੋਧ ਨਹੀਂ ਕਰਦਾ। ਆ ਲੋਹੜੀ ਦਾ ਤਿਉਹਾਰ ਆਪਾਂ ਸਾਰਿਆਂ ਨੇ ਮਨਾਉਣਾ, ਸਾਨੂੰ ਸਭ ਨੂੰ ਪਤਾ ਹੈ। ਇਹਦੇ ਵਿੱਚ ਚਲੋ ਅਸੀਂ ਆਪਣੀਆਂ ਧੀਆਂ ਬੱਚੀਆਂ ਨੂੰ ਜਿਹੜੀਆਂ ਵਿਆਹੀਆਂ ਹੋਈਆਂ ਨੇ ਉਹਨਾਂ ਨੂੰ ਕੁਝ ਮਿੱਠਾ ਸੁੱਕਾ ਸਿੱਧਾ ਲੀੜਾ ਕੱਪੜਾ ਜੋ ਵੀ ਕੁਛ ਉਹਨਾਂ ਦਾ ਦਿਲ ਕਰੇ ਮੰਗ ਲੈਣ ਮਾਂ ਪਿਓ ਕੋਲੋਂ, ਕਿਉਂਕਿ ਉਹਨਾਂ ਦੀ ਆਸ ਇੱਕ ਮਾਂ ਪਿਓ ਹੁੰਦੀ ਹੈ, ਅਤੇ ਮਾਂ ਪਿਓ ਨਾਲ ਧੀ ਦਾ ਬੜਾ ਪਿਆਰ ਹੁੰਦਾ ਹੈ। ਭਾਵੇਂ ਉਹ ਵਿਆਹ ਕੇ ਸਹੁਰੇ ਘਰ ਚਲੀ ਜਾਂਦੀ, ਪਰ ਲੇਕਿਨ ਸਰੀਰ ਜ਼ਰੂਰ ਜਾਂਦਾ, ਆਤਮਾ ਉਹਦੀ ਆਪਣੇ ਭਰਾਵਾਂ 'ਚ, ਆਪਣੇ ਪਿਓ 'ਚ, ਆਪਣੀ ਮਾਂ 'ਚ, ਆਪਣੀਆਂ ਭੈਣਾਂ 'ਚ ਟਿਕੀ ਰਹਿੰਦੀ ਹੈ, ਔਰ ਗਾੜਾ ਰਿਸ਼ਤਾ ਇਸ ਕਰਕੇ ਟਿਕੀ ਰਹਿੰਦੀ ਹੈ। ਹੋਰ ਵੀ ਆਪਾਂ ਮੂੰਗਫਲੀ ਚੱਬ ਲਈ, ਰਿਉੜੀਆਂ ਖਾ ਲਈਆਂ, ਗੱਚਕ ਖਾ ਲਈ, ਅੱਗ ਬਾਲ ਕੇ ਆ ਧੂੰਆਂ ਸੇਕ ਲਿਆ, ਜਾਂ ਫਿਰ ਕਿਸੇ ਦੇ ਘਰੇ ਵਿਆਹ ਹੋਇਆ ਹੋਵੇ ਅਤੇ ਪੁੱਤ ਜੰਮਿਆ ਹੋਵੇ ਤਾਂ ਫਿਰ ਭੰਗੜਾ ਛੰਗੜਾ ਪਾ ਲਾਂਗੇ, ਡੀਜੇ ਸ਼ੀਜੇ ਵਜਾਲਾਂਗੇ। ਪਰ ਜੇ ਮੂਲ ਰੂਪ 'ਚ ਕਹੀਏ ਵੀ ਸਾਡਾ ਲੋਹੜੀ ਨਾਲ ਕੋਈ ਰਿਸ਼ਤਾ, ਤਾਂ ਕੋਈ ਰਿਸ਼ਤਾ ਨਹੀਂ ਸਾਡਾ ਲੋਹੜੀ ਦੇ ਨਾਲ। ਜੇ ਮੂਲ ਰੂਪ 'ਚ ਕਹੀਏ ਨਾ ਸਾਡਾ ਲੋਹੜੀ ਨਾਲ ਕੀ ਰਿਸ਼ਤਾ ਹੈ, ਲੋਹੜੀ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਅਤੇ ਮਾਘੀ ਨਾਲ ਬੜਾ ਵੱਡਾ ਰਿਸ਼ਤਾ ਹੈ।
लोहड़ी नाल कोई रिश्ता नहीं, माघी नाल साडा बड़ा वड्डा रिश्ता जे। जिस वेले कलगियां वाला सरबंस वार के जदों मुक्तसर साहब की धरती ते पहुंचा ना खदराणे की ढाब ते, ते जेड़े चाली फिर वदावा लिख के दे के आए सन, ये कह के आए सन तू साडा गुरु नहीं ते असी तेरे सिख नहीं, वो फिर चाली सिखां ने चल करके माझे की धरती तो माई भागो माता भाग कौर जी ते भाई महा सिंह जी की कमांड दे हेठ चल के दुश्मन ने कलगियां वाले दे उत्ते हमला किया। उन्हां चाली सूरवीर योध्या ने फिर दुश्मन का डट के मुकाबला किया, दुश्मन का डट के मुकाबला किया। 29 पोह तक 29 पोह नूं शहादतां होईआं ते गुरदेव ने 29 दी भी रात नूं जंग होया, दिने भी जंग हुंदा रहा ते एक पोह नूं एक माघ नूं गुरदेव ने इन्हां सूरवीर योध्या दे संस्कार किते, इन्हां 40 सिखां दे संस्कार किते श्री मुक्तसर साहिब की धरती ते। ओह सर साडा त्यार नाल रिश्ता है पर ओह सानूं याद नहीं, इस करके सानूं गुरु किवें मिल पवे, साडे वड्डे भाग किवें हो जाणे। मैं सवेरे गूगल खोलदा पिया सी, मैं गूगल ते रिसर्च मारी, मैं कहा लोहड़ी दा त्यौहार इहदा की इतिहास है, ते गुरमुखो जिहड़ी पोस्ट खोली उहदे उत्ते लिखिआ सिखां दा बहुत खूबसूरत इतिहास, सिखां दा इतिहास सिखां ते थले मैं पोस्टां पढ़िया, मैं कहा इतिहास जोड़िया की है, अग बालनी मूंगफली चबनी गचक खानी रेहड़ियां चबनियां, मैं कहा भी सिख रेहड़ियां चबण वाले कर दिते इन्हां ने, मन च विचार तो यही आउंदी ना, वो असी शहादतां देण वाले सिख, असी कुरबानियां नाल लिखण वाले इतिहास सिख, साडा विलखण ते वडमुला इतिहास सुनहरी अखरां नाल दर्ज साडा इतिहास, वो केड़ा वड्डा निरंकार दा रूप गुरु ग्रंथ साहिब साडे कोल, ते सानू कादे सिख बनाता रेवड़ियां दे मूंगफली दे ते भुग्गे दे सिख बनाता भी अग बालनी सिखां ने, नहीं बिल्कुल मन मत, क्योंकि असी लकीर दे फकीर हो गए। जिदां दी सानू किसे ने चाट लाई, उस सियाने कहावत कहिंदे हुंदे सन जिन्हें लाई गली तो वह तुर चली, सानू जिन्हें गली ला लिया असी वह ही तुर पवे, पर लेकिन साडा इतिहास रोड़ियां खानिया जां गचक खानी जां मूंगफलियां चबनियां जां भुग्गे लाउणा नहीं है, साडा इतिहास है बंदगी करनी है, उन्ना चिर करनी जिन्ना चिर जुल्म ना होवे, जिन्ना चिर दुश्मन वधीकी ना करे, उन्ना चिर माला ही घूमनी चाहीदी सिख दी, जिन्ना चिर सिख दे उत्ते कोई जालम जुल्म ना करे, ते जदों कोई किसी ते जुल्म करे फिर सिख ने माला जेब च पा लैनी है ते तलवार दे मुठे नूं हथ पा लैना है। ये साडा इतिहास है, ये साडा इतिहास है। माता भाग कौर ने माइयां नूं प्रेरिया, बाबा महा सिंह ने सिंघां नूं प्रेरिया, ओ सिंघो माला उन्ना चिर फेरी दी जिन्ना चिर जुल्म ना होवे, जदों जुल्म होवे फिर शास्त्र, शास्त्र उन्ना चिर है जिन्ना चिर लोग जुल्म नहीं करते, शास्त्र उदों पकड़ना जो जुल्म की इंतहा वध जे। पर लेकिन असी सिख कादे बना दिते गए, इन्होंने मूंगफली चबनी है, इन्होंने गचक खानी है, इन्होंने रेहड़ियां खानियां ने, इन्होंने भुग्गे बालने ने, डीजे लाने ने, शराब वरतानी है, पी लैनी है, मुड़ के नालियां च मूँह देंदे फिरना है, सानू इस वस्तु दे नाल इस विख्या यार दे नाल जोड़ दिता, जुड़े असी भला क्यों, ये भी राज है कि भी असी जुड़े क्यों, क्योंकि साडे मन है पिया प्रगासा, साडे अंदर प्रगाश नहीं हैगा, साडे अंदर ज्ञान नहीं हैगा, ज्ञान ता नहीं हैगा गुरपूरा, सानू गुरु ही नहीं पूरा लभ्या, पेटियो सानू मिलाप ही नहीं होया साडा पूरे गुरु नाल, साडा नेरा चुकिया भी किवें जांदा। इस करके गुरदेव गुरु अर्जन साहब समझाउंदे ने सिखा जिवें सानू पूरा गुरु मिलिया ते साडे अंदर ज्ञान प्रगाश हो गया, इदा तू भी अपने पूर्ण गुरु गुरु ग्रंथ साहिब सच्चे पातशाह नूं आराध त्या याद कर, वड्डिया भागां वाला हो जाएगा, तेरे अंदर भी प्रकाश हो जाएगा। होए ना पहुंचन हरा दूजा।
अपने साहिब का परवासा। ओ भलिया अपने साहिब मालक ते परवासा भरोसा रख, परवासा ओदा सहारा ओदी टेक लै। क्यों? क्योंकि तेरा मालक जिथे पहुंचदा उथे दूजा कोई नहीं पहुंचदा। जिथे तेरा मालक नानक पहुंचदा है, जिथे तेरा मालक गुरु ग्रंथ साहिब मार करदा है, उथे दुनिया की कोई ताकत होर मार नहीं हो करदी। धन गुरु नानक साहब सच्चे पातशाह महाराज सृष्टि के जीवन नूं तार दे तार दे तार दे होए कटक गए। गुरदेव उस कटक दे एरिए दे विच एक नगर दे विच बैठे हुए सन ते नगर च बड़ी भीड़ लगी सी। गुरमुखो सानू इतिहास पढ़ लेना चाहिए भी जिथे गुरु नानक पहुंचदा ना उत्थे दूजा कोई नहीं पहुंचदा। असी दूजिया दी एवें लत्तां फड़ी बैठे हाँ भी सानू तार दिओ साडा भला कर दिओ, जिहड़ा आप डुब्बिया उह सानू सुभा तारेगा। असी बंदियां दा आसरा लैंदे। मैं फिर अगे बेनती कर दित्ती है, मैं फिर बेनती करा, असी बंदियां तों डरदे हां पर गुरु तों नहीं डरदे। बंदियां दा तां बड़ा भय सानू, बंदियां दा तां बड़ा खौफ है, बंदियां तों बड़ा डरदे आपां, पर लेकिन सानू रब दा भोरा खौफ नहीं हैगा, रब दा भोरा डर नहीं हैगा। इत्थे भी मेरे मन च एक विचार आई, गुरु ने कृपा कीती, गुरु ने रहमत कीती, परमेश्वर ने बल बख्शिया, ते असी एक मोटरसाइकिल खरीदिया। मान लो वाहवा चिर की गल है, कोई अज तो 10-12 साल पहला की बात है। तो वैसे मैं तो नहीं सियासी रुचि रखता, तो मेरे भरा ने ना वो उत्ते ना एक लैन लिखा लिया। तो उस वेले मैनू बुरा जहा भी लगता रहा, क्योंकि चोला पाया हो गल च श्री साहब पाई हो, झूरिया गल च गोल दस्तार बधी हो, मोटरसाइकिल ते कोई शेरो शेरी लिखी हो, अगला वेख के कहिंदा ही भी बाबा जी काम तुहाडे होर ने, ते पर लेकिन लिखा ही कुछ होर फिरदे जे तुसीं। उदों मन च बात आई ते उहने लैण इह लिखा के लैंदी, रब नूं लेखा देना खौफ क्यों मन्नीए दुनिया दा। ते मैं बड़ा उहनूं रोका टोकी कीती, मैं कहा तूं एवें उत्ते लिखा के लैंदा वो जे फलां। ਉਹ ਉਦੋਂ ਨਹੀਂ ਸੀ ਬਾਤ ਸਮਝ ਆਉਂਦੀ, ਪਰ ਹੁਣ ਮੈਨੂੰ ਕਦੇ ਕਦੇ ਮੇਰੇ ਦਿਲ 'ਚ ਆਉਂਦਾ। ਲਿਖੀ ਉਹ ਅਜੇ ਵੀ ਹੈਗੀ ਉਹਦੇ ਉੱਤੇ, ਉਹ ਮਿੱਟੀ ਨਹੀਂ ਸੁੱਖ ਨਾਲ, ਉਹ ਲੈਣ ਨਹੀਂ ਮਿੱਟੀ, ਅਜੇ ਵੀ ਲਿਖੀ ਪਈ ਹੈ। ਹੁਣ ਮੇਰਾ ਗੁਰੂ ਅਰਜਨ ਸਾਹਿਬ ਨੂੰ ਪੜ੍ਹ ਕੇ ਉਦੋਂ ਮੋਟਰਸਾਈਕਲ ਵੱਲ ਖਿਆਲ ਚਲ ਗਿਆ। ਮੈਂ ਕਿਹਾ ਵੀ ਬਾਬਾ ਸੱਚੀ ਗੱਲ ਹੈ ਭਰਾ ਦੀ, ਵੀ ਇਹ ਨਹੀਂ ਵੀ ਜ਼ਰੂਰੀ ਮੈਂ ਕਥਾ ਕਰ ਲੈਂਦਾ ਅਤੇ ਮੈਂ ਗਿਆਨੀ ਬਹੁਤ ਵੱਡਾ। ਮੇਰੇ ਤੋਂ ਵੱਡੀ ਗੱਲ ਉਹਦੇ ਅੰਦਰ ਹੈ, ਕਿਉਂਕਿ ਉਹਨੇ ਕਿਹਾ ਜਦੋਂ ਲੇਖਾ ਹੀ ਰੱਬ ਨੂੰ ਦੇਣਾ ਹੈ, ਤੇ ਦੁਨੀਆਂ ਦਾ ਐਵੇਂ ਖੌਫ ਐਵੇਂ ਡਰ ਮੰਨੀ ਜਾਈਏ, ਦੁਨੀਆਂ ਕੋਲੋਂ ਐਵੇਂ ਝੁਕੀ ਜਾਈਏ, ਐਵੇਂ ਮੱਥੇ ਟੇਕੀ ਜਾਈਏ ਲੋਕਾਂ ਨੂੰ। ਜਦ ਲੇਖਾ ਗੁਰੂ ਗ੍ਰੰਥ ਸਾਹਿਬ ਨੂੰ ਦੇਣਾ ਹੈ ਤੇ ਬੰਦਿਆਂ ਦਾ ਕਾਹਦਾ ਖੌਫ ਹੈ, ਬੰਦਿਆਂ ਦਾ ਕੀ ਡਰ ਹੈ? ਬੰਦੇ ਨੇ ਜਿਹੜੇ ਅੱਜ ਤੁਹਾਨੂੰ ਚੰਗਾ ਕਹਿ ਰਹੇ ਨੇ ਸਾਲ ਬਾਅਦ ਮਾੜਾ ਕਹਿੰਦੇ ਨੇ, ਜਿਹੜੇ ਬੰਦੇ ਅੱਜ ਤੋਂ 2-4 ਸਾਲ ਪਹਿਲਾਂ ਸਾਨੂੰ ਬੜਾ ਹੀ ਸਲਾਉਂਦੇ ਹੁੰਦੇ ਸਨ ਵੀ ਤੁਸੀਂ ਬੜੇ ਚੰਗੇ ਜੇ, ਉਹ ਅੱਜ ਮਾੜਾ ਕਹਿ ਰਹੇ ਹੋਣਗੇ। ਪਰ ਲੇਕਿਨ ਮੈਨੂੰ ਉਹਦੀ ਬਾਤ ਇਹ ਪੰਕਤੀ ਪੜ੍ਹ ਕੇ ਮਨ 'ਚ ਵੱਜੀ ਵੀ ਗੱਲ ਉਹਨੇ ਸਹੀ ਲਿਖਾਈ ਸੀ, ਮੇਰੇ ਸਮਝਣ 'ਚ ਗਲਤੀ ਪੈ ਗਈ। ਲੇਖਾ ਰੱਬ ਨੂੰ ਦੇਣਾ ਹੈ ਅਤੇ ਖੌਫ ਦੁਨੀਆਂ ਦਾ ਹੋਇਆ ਪਿਆ। ਲੇਖਾ ਵਾਹਿਗੁਰੂ ਨੂੰ ਦੇਣਾ ਹੈ, ਲੇਖਾ ਰੱਬ ਮਗੇਸੀਆ ਬੈਠਾ ਕੱਢ ਬਈ, ਧਰਮ ਰਾਏ ਜਬ ਲੇਖਾ ਮੰਗਿਆ ਕਿਆ ਮੁੱਖ ਲੈ ਕੇ ਜਾਏਗਾ। ਉਹ ਲੇਖਾ ਰੱਬ ਨੂੰ ਦੇਣਾ, ਡਰੀ ਬੰਦਿਆਂ ਤੋਂ ਜਾਂਦੇ ਹਾਂ ਆਪਾਂ ਵੀ, ਬੰਦਾ ਆਇਆ ਨਾ ਕਰਦੇ, ਬੰਦਾ ਉਹ ਨਾ ਕਰਦੇ, ਬੰਦਾ ਆ ਨਾ ਕਹਿ ਦੇ, ਬੰਦਾ ਜੇ ਨਾ ਕਹਿ ਦੇ, ਰੱਬ ਤੋਂ ਡਰੀਏ। ਰੱਬ ਦਾ ਖੌਫ ਸਾਨੂੰ ਮੰਨਣਾ ਚਾਹੀਦਾ। ਸਾਡਾ ਰੱਬ ਕੌਣ ਹੈ? ਨਾਨਕ। ਜਿੱਥੇ ਨਾਨਕ ਪਹੁੰਚਦਾ ਉੱਥੇ ਹੋਰ ਕੋਈ ਤਾਕਤ ਨਹੀਂ ਪਹੁੰਚਦੀ। ਗੁਰਦੇਵ ਜਿਸ ਵੇਲੇ ਉਸ ਕਟਕ ਏਰੀਏ ਦੇ ਵਿੱਚ ਗਏ ਨਾ, ਤੇ ਗੁਰਦੇਵ ਇੱਕ ਨਗਰ ਦੇ ਬਾਹਰ ਬੈਠੇ, ਤੇ ਨਗਰ ਵਿੱਚ ਬੜੀ ਭੀੜ ਤੇ ਰੌਣ ਦਾ ਬੜਾ ਰੌਲਾ, ਰੱਬੇ ਦਾ ਬੜਾ ਖੌਫ ਆਵੇ, ਆਵਾਜ਼ ਆਵੇ। ਤੇ ਗੁਰਦੇਵ ਨੇ ਮਰਦਾਨੇ ਨੂੰ ਪੁੱਛਿਆ, ਮਰਦਾਨਿਆ ਪਤਾ ਕਰ ਹੋਵੇ ਇੱਥੇ ਕਾਹਦੀ ਭੀੜ ਲੱਗੀ ਹੈ, ਇੰਨਾ ਚੀਕ ਦਹਾਈਆ ਕਾਹਦਾ ਪੈਂਦਾ ਪਿੰਡ ਦੇ ਵਿੱਚ? ਮਰਦਾਨਾ ਗਿਆ, ਜਾ ਕੇ ਪਿੰਡ 'ਚੋਂ ਖਬਰ ਲਈ, ਆ ਕੇ ਆਪਣੇ ਨਿਰੰਕਾਰੀ ਬਾਪੂ ਨੂੰ ਖਬਰ ਦਿੱਤੀ। ਕਹਿਣ ਲੱਗਾ, ਬਾਪੂ ਹੇ ਗੁਰੂ ਨਾਨਕ, ਨਾਨਕ ਤਪਾ ਜੀ, ਨਿਰੰਕਾਰ ਜੀ,
बहुत अमीर शाहूकार एक है इस नगर विच, बहुत अमीर शाहूकार, अकलौता पुत्र सी उहदा, ते पुत्र मर गया है। पुत्र मर गया ते परिवार आए हुए लोग वरलाप कर रहे ने। गुरु नानक साहब सच्चे पातशाह हस पे, गुरु नानक साहब हस पे, मरदाना कहन लगा महाराज तुसीं हसे क्यों जी, मैं ते तुहानूं कहा उहनां दा पुत मर गया है। गुरु नानक साहब सच्चे पातशाह कहन लगे मरदानिया मैं हसदा तां वा भी जिहड़ा मजदूर है ना, मजदूर इहदा करके सृष्टि दा, इहदा सृष्टि च बड़ा वड्डा योगदान है। बिल्डिंगां मजदूर करके ने, सड़कां मजदूर करके ने, तमाम दुनिया की जिहड़ी कारागिरी है मजदूर दे हत्थां दी मेहनत है। भलिया जे किते ओह मर जे ना ते पिंड दा कोई बंदा वड़दा ही नहीं उहदे, कहिंदे ने गरीब है, गरीब है, लाचार है, मर गया फिर की हो गया, किड्डी वड्डी गल है। हसदा मैं गुरु नानक साहब कहिंदे मरदानिया तां वा भी अमीर दा पुत मरिया ते वेख ला सारा अटक इत्थे टुकिया पिया है, सारा शहर इत्थे टुकिया पिया है। वेला ओ गरीब बंदा मर जे ते किसे दा कन्न तत्ता नहीं हुंदा, ते अमीर दी बिल्ली मर जे ना, अमीर बंदे दी बिल्ली मर जे सारा पिंड अफसोस कर जांदा, पहू बड़ी माड़ी गल होई तुहाडी बिल्ली मर गई है, बहुत माड़ी गल, रो भी आउंदा क्योंकि तगड़े बंदे दे घरे ना रोऊगा ते कल नूं जे लोड़ पै गई तो उहने कहना मेरी बिल्ली मरी तू रो के नहीं गया इस करके मैं तेरी लोड़ पूरी नहीं कर सकदा। गुरु नानक साहब कहिंदे मरदानिया मैं हसदा इस करके आ भी वेख दुनिया की चाल होए, गरीब मर जे किसे नूं तरस नहीं होए ते अमीर मरिया ते वेख सारा शहर इत्थे टुकिया पिया है। गुरदेव कहन लगे चल फिर मरदानिया जे मर गया तो आपां भी माड़ी जी परचौनी कर ही आईए, आए इन्हां दे नगर च बैठे हाँ, थोड़ा बहुत साडा भी फर्ज बनदा अफसोस करिए। गुरु नानक साहब सच्चे पातशाह गए, मैं बात सिर्फ इन्नी कहन लगा वा कोई ना पहुंचण हारा दूजा अपने साहिब का प्रवासा। मैं कोई साखी, साखी की जगह यह साखी है पर मैं केवल इस पंक्ति दे अर्थ कर लगा भी जिथे गुरु नानक पहुंचता है उत्थे कोई नहीं पहुंचता, तू गुरु नानक का भरवासा छड के दूजियां ते भरवासे रखी बैठा। मैं इसे करके कहा गुरमुखो लेखा रब ने लैना खौफ दुनिया का मनी बैठे आप। गुरु नानक साहब सच्चे पातशाह मरदाने नू लैके नाल उत्थे पहुंच गए। जिस वेले गुरदेव पहुंचे तो उस मरे हुए मुंडे दे आले दुआले वैद हकीम जंत्रां मंत्रां तंत्रां वाले बैठे सन, आपो अपना वाह उदाई सब ने जोर लाया, पसीने पसीनी होए सन पर पुत नहीं सन ठाल सके अमीर बंदे दा, अमीर बंदे ते पुत नू नहीं सन जगा सकते। गुरु नानक साहब सच्चे पातशाह गए, घर दे जीवां ने भी उस शाहूकार ते शाहूकारनी ने भी साधु जान के संत जान के फकीर जान के थोड़ा बहुत सत्कार किया जिन्ना को उस दुख की घड़ी च कर सकते सन। तो मेरे बापू निरंकारी ने जाके उस मुंडे का सिर पलोसिया जिदा सिर ते हाथ फेरिया जाके, तो गुरदेव कहन लगे तुम चीका का तो मार दे जो पहला मैं ये दसो कोई ना पहुंचण हारा दूजा। गुरु नानक साहब कहन लगे मैं पहला यह दसो तुम चीका क्यों मार दे जे। शाहूकारनी कहन लगी फकीरा ये संता तेनों नहीं पता मेरा पुत चिट्टी चादर दे विच पिया है, मेरा पुत चिट्टी चादर दे विच पिया है, तेनों अंदाजा ला लेना चाहिए सी भी असी चीका क्यों मारदे आ। ते गुरु नानक साहब दे मुख चो निकलिया भी ये कड़ा मर गया है। गुरु नानक साहब कहन लगे ये कड़ा मर गया है, ते शाहूकारनी ते शाहूकार ने हैरान होके गुरु नानक साहब सच्चे पातशाह वल तक के कहा मर गया ते चीका मारदे आ, जे मरिया ना हुंदा ते असी चीका कातों मारदे। गुरदेव कहन लगे मरिया नहीं जे, मरिया नहीं जे बेहोश होया वा, ये उठ सकदा जाग सकदा पर एक शहादत तुहानूं देनी पैणी है किसे ना किसे नूं, कोई मर्द कोई माई दा लाल कोई उठो
ਜਿਹੜਾ ਤੁਹਾਡੇ ਇਸ ਬੁਝੇ ਹੋਏ ਚਿਰਾਗ ਨੂੰ ਜਗਾਉਣ ਵਾਸਤੇ ਕੁਰਬਾਨੀ ਦੇਵੇ। ਤੇ ਸ਼ਾਹੂਕਾਰ ਤੇ ਸ਼ਾਹੂਕਾਰਨੀ ਦੇ ਦਿਲ 'ਚ ਆਇਆ ਵੀ ਬਾਬਾ ਕੋਈ ਜਗੀਰ ਮੰਗ ਲੂ, ਸ਼ਾਇਦ ਕੋਈ ਧਨ ਦੌਲਤ ਕੋਈ ਸੋਨਾ ਗਹਿਣਾ ਮੰਗ ਲੂ, ਹੋਰ ਇਸ ਤੋਂ ਵੱਧ ਬਾਬਾ ਕੀ ਮੰਗ ਲੂ ਸਾਡੇ ਕੋਲੋਂ। ਤੇ ਕਾਹਲੀ ਨਾਲ ਕਹਿਣ ਲੱਗੇ, ਸੰਤਾ ਅਸੀਂ ਕੁਰਬਾਨੀ ਦੇਣ ਨੂੰ ਤਿਆਰ ਹਾਂ, ਤੂੰ ਕੁਰਬਾਨੀ ਦੱਸ ਦੇਣੀ ਕੀ ਹੈ? ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਇੱਕ ਮਟਕਾ ਪਾਣੀ ਦਾ ਭਰ ਕੇ ਲਿਆਓ। ਫਿਰ ਪਾਣੀ ਦਾ ਮਟਕਾ ਭਰ ਕੇ ਲਿਆ ਕੇ ਗੁਰੂ ਨਾਨਕ ਦੇ ਹਾਜ਼ਰ ਕੀਤਾ। ਗੁਰਦੇਵ ਨੇ ਉਸ ਮਟਕੇ ਵੱਲ ਆਪਣੇ ਨੇਤਰ ਪਾਏ, ਮਟਕੇ 'ਚ ਪਾ ਕੇ ਨੇਤਰ ਗੁਰਦੇਵ ਨੇ ਨਿਰੰਕਾਰ ਨੂੰ ਧਿਆ ਕੇ ਕਹਿਣ ਲੱਗੇ, ਭਾਈ ਸ਼ਾਹੂਕਾਰਾ, ਤੁਹਾਡੇ ਦੋਨਾਂ ਨੇ, ਤੂੰ ਵੀ ਤੇ ਤੇਰੀ ਪਤਨੀ ਨੇ ਵੀ ਦੁਨੀਆਂ ਵੀ ਵੇਖ ਲਈ ਹੈ, ਜਹਾਨ ਜੱਗ ਸਭ ਕੁਝ ਵੇਖ ਲਿਆ, ਵਿਆਹ ਵੀ ਹੋ ਗਿਆ, ਗ੍ਰਸਤ ਮਾਰਗ ਦੇ ਸੁੱਖ ਵੀ ਭੋਗ ਕੇ ਵੇਖ ਲਏ ਨੇ, ਪੁੱਤਰ ਵੀ ਜੰਮ ਪਿਆ, ਘਰ ਦੌਲਤ ਸਭ ਕੁਝ ਕੋਲ, ਜਗੀਰਾਂ ਕੋਲ ਨੇ, ਹੁਣ ਤੁਸੀਂ ਜੀ ਕੇ ਵੀ ਕੀ ਕਰਨਾ ਹੈ? ਜੇ ਪੁੱਤ ਜੀਂਦਾ ਕਰਨਾ ਤਾਂ ਇੱਕ ਜਣਾ ਦੋਨਾਂ 'ਚੋਂ ਮਟਕਾ ਪਾਣੀ ਦਾ ਪੀ ਲਓ, ਪਰ ਇੱਕ ਗੱਲ ਯਾਦ ਰੱਖੋ, ਜਿਹਨੇ ਮਟਕਾ ਪੀਣਾ ਉਹਨੇ ਮਰਨਾ ਜੇ, ਪੁੱਤ ਨੇ ਉੱਠਣਾ ਜੇ। ਜਿਹਨੇ ਮਟਕਾ ਪਾਣੀ ਦਾ ਪੀਣਾ ਉਹਨੇ ਮਰਨਾ ਜੇ, ਜਿਹਨੇ ਮਰ ਜਾਣਾ ਉਹਨੇ ਤੇ ਸ਼ਹਾਦਤ ਦੇਣੀ, ਤੇ ਇੱਧਰ ਪੁੱਤ ਉੱਠ ਪਵੇਗਾ। ਗੁਰਮੁਖੋ, ਇਤਿਹਾਸ ਇਸ ਗੱਲ ਦਾ ਗਵਾਹ, ਦੋਨੇ ਮੀਆਂ ਬੀਬੀ ਨੇ ਪਾਣੀ ਪੀਣ ਤੋਂ ਮਨਾ ਕਰ ਦਿੱਤਾ। ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ, ਸੰਤ ਜੀ, ਫਕੀਰ ਜੀ, ਕੋ ਮਰਿਆ ਨਾ ਮੋਇਆ ਨਾਲੇ, ਕਦੇ ਮਰਿਆ ਦੇ ਨਾਲ ਵੀ ਕੋਈ ਮਰਿਆ? ਕੋਈ ਗੱਲ ਨੀ, ਅਜੇ ਕਿਹੜੇ ਅਸੀਂ ਬੁੱਢੇ ਹੋ ਗਏ ਆ, ਗੁਰੂ ਕਿਰਪਾ ਕਰੇਗਾ, ਨਿਰੰਕਾਰ ਰਹਿਮਤ ਕਰੇਗਾ, ਕੋਈ ਗੱਲ ਨੀ, ਪੁੱਤਰ ਦੀ ਦਾਤ ਹੋਰ ਬਖਸ਼ ਦੇਗਾ, ਪਰ ਮਰਿਆ ਨੀ ਜਾਂਦਾ। ਇੰਨਾ ਕੀ ਪਿਆਰ ਹੈ ਸਾਡਾ, ਇੰਨਾ ਕੀ ਪਿਆਰ ਹੈ। ਜੇ ਕਿਤੇ ਸਾਹਮਣੇ ਬੰਦਾ ਮਰਿਆ ਪਿਆ ਹੋਵੇ ਨਾ ਆਪਣੇ ਘਰ ਦਾ ਜੀ, ਤੇ ਦੂਜੇ ਘਰ ਦੇ ਕਿਸੇ ਮੈਂਬਰ ਨੂੰ ਕਿਉਂ ਪਾਊ, ਇਹ ਉੱਠ ਪਊਗਾ ਭਾਰੀ, ਇਹਦੀ ਜਗ੍ਹਾ ਤੈਨੂੰ ਮਰਨਾ ਪੈਣਾ, ਤੇ ਜੇ ਸਾਰੀ ਜ਼ਿੰਦਗੀ ਮੁੜ ਕੇ ਤੁਹਾਡੇ ਵਿਹੜੇ ਵੜ ਜੂ, ਤੇ ਮੈਨੂੰ ਜਿੱਥੇ ਮਰਜ਼ੀ ਘੇਰ ਕੇ ਕਹਿ ਦਿਓ, ਗਿਆਨੀ ਜੀ ਝੂਠ ਹੀ ਮਾਰ ਗਏ ਤੁਸੀਂ। ਕੋਈ ਨਹੀਂ ਮਰਦਾ ਗੁਰਮੁਖੋ ਕਿਸੇ ਦੇ ਪਿੱਛੇ, ਇੱਕ ਬੰਦਾ ਮਰਦਾ ਜੇ, ਇੱਕ ਬੰਦਾ ਮਰਿਆ ਦੇ ਮਗਰ ਮਰਦਾ ਜੇ, ਇੰਨਾ ਕੁ ਮਾਰ ਦਿੰਦਾ ਹੈ ਕਿ ਮੁੜ ਕੇ ਦੁਬਾਰਾ ਦੁਬਾਰਾ ਮਰਨ ਦੀ ਉਹਨੂੰ ਲੋੜ ਨਹੀਂ ਪੈਂਦੀ। ਉਹ ਗੁਰੂ ਨਾਨਕ ਮਰਦਾ ਜੇ, ਹੋਰ ਕੋਈ ਨਹੀਂ ਜੇ ਮਰਦਾ, ਉਹ ਗੁਰੂ ਨਾਨਕ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਚਲੋ ਤੁਸੀਂ ਨਹੀਂ ਪੀਣਾ, ਆ ਜਿਹੜੇ ਇੰਨੇ ਵੈਣ ਪੈਣ ਵਾਲੇ ਗੱਡੇ ਖਿਲਾਰ ਕੇ ਤੁਹਾਡੇ ਕੋਲੇ ਆਏ ਨੇ, ਏਡਾ ਤੁਹਾਡੇ ਸਾਰੇ ਪਿੰਡ 'ਚ ਇਹਨਾਂ ਨੇ ਛਾਉਣੀ ਬਣਾਈ ਪਈ ਹੈ, ਇਹ ਸਾਰੇ ਤੁਹਾਡੇ ਹਮੈਤੀ ਹੈ, ਪਿਆਰ ਵਾਲੇ ਨੇ, ਇਹਨਾਂ 'ਚੋਂ ਕੋਈ ਬੰਦਾ ਵੇਖ ਲਓ, ਪੁੱਛ ਕੇ ਸ਼ਾਇਦ ਜੇ ਕੋਈ ਪਾਣੀ ਪੀ ਲਵੇ, ਉਹ ਮਰ ਜੇ ਤੇ ਤੁਹਾਡਾ ਪੁੱਤ ਉੱਠ ਪਏ। ਸ਼ਾਹੂਕਾਰ ਨੇ ਉੱਚੀ ਸਾਰੀ ਹੋਕਾ ਦਿੱਤਾ ਵੀ ਕੋਈ ਐਸਾ ਮੇਰਾ ਸੱਜਣ ਮਿੱਤਰ ਦੋਸਤ ਰਿਸ਼ਤੇਦਾਰ ਸਾਗ ਸੰਬੰਧੀ ਅੱਗੇ ਆਵੇ, ਮੈਂ ਆਪਣਾ ਧਨ ਪਦਾਰਥ ਉਹਦੇ ਪਰਿਵਾਰ ਨੂੰ ਦੇ ਦਿਆਂਗਾ, ਲੇਕਿਨ ਉਹ ਮਟਕਾ ਪਾਣੀ ਦਾ ਪੀ ਕੇ ਮਰ ਜਾਵੇ ਤੇ ਮੇਰਾ ਪੁੱਤ ਉੱਠ ਪਵੇ, ਸਾਡਾ ਬੁਝਿਆ ਚਿਰਾਗ ਜਗ ਪਵੇ। ਇਤਿਹਾਸ ਕਹਿੰਦਾ ਕੋਈ ਨੀ ਅੱਗੇ ਆਇਆ, ਰੋਣ ਵਾਲੇ ਤੇ ਬੜੇ ਆਉਂਦੇ ਨੇ ਸਾਡੇ ਮਗਰ, ਪਿੱਟ ਸਿਆਪਾ ਕਰਨ ਵਾਲੇ ਤੇ ਪਿੱਛਿਓਂ, ਬੀਬੀਆਂ ਜਦੋਂ ਗੱਡੀ ਘੜੁੱਕੇ 'ਚ ਜਾਂਦੀਆਂ ਨੇ ਨਾ ਮਕਾਣੇ, ਪਿੱਛਿਓਂ ਇੱਦਾਂ ਹੀ ਕਰਦੀਆਂ ਜਾਂਦੀਆਂ, ਤੇਰਾ ਸੂਟ ਕਿੰਨੇ ਦਾ, ਤੂੰ ਚੁੰਨੀ ਕਿੱਥੋਂ ਰੰਗਾਈ ਹੈ, ਤੂੰ ਕਿੱਥੋਂ ਜੁੱਤੀ ਲੈ ਕੇ ਆਈ ਹੈ, ਪਰ ਜਦੋਂ ਨੇੜੇ ਜੇ ਜਾਂਦੀਆਂ ਮਕਾ, ਹਾਂ ਮਰ ਗਿਆ ਵੇ, ਤੂੰ ਚਲਿਆ ਗਿਆ ਵੇ, ਪਿਛਲੇ ਹਫ਼ਤੇ ਸਾ, ਉਦੋਂ ਹੀ ਵਹਿਣ ਪਾਉਣ ਲੱਗ ਪਏ ਨੇ। ਇਹ ਸਿਰਫ ਡਰਾਮਾ ਹੈ, ਜੇ ਮਰੇ ਦਾ ਦੁੱਖ ਵੀ ਹੈ ਤੇ ਗੁਰੂ ਨਾਨਕ ਨੂੰ ਹੈ, ਜੇ ਜਿਉਂਦੇ ਨੂੰ ਸਜ਼ਾ ਸਲਾਹ ਵੀ ਦੇ ਰਿਹਾ ਤੇ ਉਹ ਗੁਰੂ ਨਾਨਕ ਦੇ ਰਿਹਾ ਹੈ। ਜਿਸ ਵੇਲੇ ਕੋਈ ਮਾਈ ਦਾ ਲਾਲ ਨਾ ਉੱਠਿਆ ਉੱਥੇ ਉਹਨਾਂ ਦੀ ਮਕਾਨ 'ਚੋਂ ਆਇਆ 'ਚੋਂ, ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਫਿਰ ਅਸੀਂ ਪੀ ਲਈਏ। ਦੇਖੋ ਬਚਨ, ਗੁਰਦੇਵ ਨੇ ਕਿਹਾ ਫਿਰ ਅਸੀਂ ਪੀ ਲਈਏ, ਮੈਂ ਕੋਈ ਆਪਣੇ ਕੋਲੋਂ ਨਹੀਂ, ਤੁਸੀਂ ਇਤਿਹਾਸ ਪੜ੍ਹ ਲੈਣਾ, ਸ਼ਾਮ ਦੀ ਕਥਾ 'ਚ ਵੀ ਇਹ ਸਾਖੀ ਆਈ ਸੀ ਜਿਹੜੀ ਆਪਾਂ ਸ਼ਾਮਾਂ ਨੂੰ ਕਰਦੇ ਸੀ ਨਾਨਕ ਪ੍ਰਕਾਸ਼ ਦੀ। ਗੁਰੂ ਨਾਨਕ ਸਾਹਿਬ ਨੇ ਕਿਹਾ ਜੇ ਤੁਸੀਂ ਕਿਸੇ ਨੇ ਨਹੀਂ ਪੀਣਾ ਇੰਨੇ ਹਜ਼ਾਰਾਂ ਬੰਦਿਆਂ 'ਚੋਂ, ਫਿਰ ਅਸੀਂ ਪੀ ਲਈਏ। ਤੋ ਦੋਵੇਂ ਸ਼ਾਹੂਕਾਰਨੀ ਤੇ ਸ਼ਾਹੂਕਾਰ ਕਹਿਣ ਲੱਗੇ, ਹਾਂ ਸੰਤਾਂ ਨੂੰ ਕਾਹਦਾ, ਨਾ ਸੰਤਾਂ ਦਾ ਕੋਈ ਧੀ, ਨਾ ਪੁੱਤ, ਨਾ ਕੋਈ ਡੇਰਾ, ਨਾ ਇਹਨਾਂ ਦਾ ਕੋਈ ਘਰ ਨਾ ਘਾਟ। ਹਾਂ ਸੰਤ ਜੀ ਤੁਸੀਂ ਪੀ ਲਓ, ਪਰ ਉਹ ਕੀ ਜਾਣੇ ਵੀ ਬਾਬਾ ਪਿੱਛੇ ਦੋ ਛੱਡ ਕੇ ਆਇਆ, ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ, ਘਰ ਵਾਲੀ ਮਾਤਾ ਸੁਲੱਖਣੀ ਜੀ, ਮਾਤਾ ਤ੍ਰਿਪਤਾ ਜੀ, ਪਿਤਾ ਬਾਬਾ ਕਾਲੂ ਜੀ, ਚਾਚਾ ਬਾਬਾ ਲਾਲੂ ਜੀ, ਭਾਈਆ ਜੈ ਰਾਮ ਜੀ ਤੇ ਭੈਣ ਬੇਬੇ ਨਾਨਕੀ, ਇੰਨਾ ਵੱਡਾ ਪਰਿਵਾਰ ਛੱਡ ਕੇ ਗਿਆ ਗੁਰੂ ਨਾਨਕ, ਉਹਨਾਂ ਦੇ ਦਿਲ 'ਚ ਵੀ ਹੁਣੀ ਉੱਦਾਂ ਹੀ ਮਲਾਂਗੀ ਸਾਧ ਫਿਰਦਾ ਹੈ। ਤੇ ਸ਼ਾਹੂਕਾਰ ਤੇ ਸ਼ਾਹੂਕਾਰਨੀ ਕਹਿਣ ਲੱਗੇ, ਹਾਂ ਹਾਂ ਸੰਤ ਜੀ ਤੁਸੀਂ ਪੀ ਲਓ,
ਤੁਹਾਡਾ ਕੀ ਹੈ, ਨਾ ਕੋਈ ਅੱਗਾ ਨਾ ਪਿਛਾ, ਸਾਡੀ ਜੋਤ ਜਗਦੀ ਹੋ ਜਾਏ। ਗੁਰਮੁਖ ਇਤਿਹਾਸ ਕਹਿੰਦਾ ਗੁਰੂ ਨਾਨਕ ਨੇ ਉਹ ਮਟਕਾ ਪਾਣੀ ਦਾ ਛਕਿਆ। ਇਤਿਹਾਸ ਕਹਿੰਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਜਲ ਦਾ ਮਟਕਾ ਛਕਿਆ ਤੇ ਗੁਰਦੇਵ ਕਹਿਣ ਲੱਗੇ ਉੱਠੋਏ ਕਾਕਾ, ਆਪਣੇ ਮਾਂ ਤੇ ਬਾਪ ਨੂੰ ਮਿਲ, ਇਹਨਾਂ ਦੀਆਂ ਚੀਕਾਂ ਬੰਦ ਕਰਵਾ। ਬਚਨ ਇੰਨੇ ਹੀ ਸਨ, ਬੱਚਾ ਉੱਠ ਕੇ ਬਹਿ ਗਿਆ। ਗੁਰੂ ਨਾਨਕ ਸਾਹਿਬ ਨੇ ਇਹ ਨਹੀਂ ਕਿਹਾ ਹੁਣ ਮੈਨੂੰ ਸ਼ਾਹੂਕਾਰਾ ਜਗੀਰ ਦੇ ਦੇ, ਗੁਰਦੇਵ ਕਹਿਣ ਲੱਗੇ ਹੁਣ ਨਿਰੰਕਾਰ ਦਾ ਨਾਮ ਜਪਿਆ ਕਰੋ, ਹੁਣ ਬਾਣੀ ਪੜ੍ਹਿਆ ਕਰੋ, ਸੇਵਾ ਕਰਿਆ ਕਰੋ, ਧਰਮਸ਼ਾਲਾ ਬਣਾਓ, ਸਤਸੰਗ ਕਰਿਆ ਕਰੋ, ਕੀਰਤਨ ਕਰਿਆ ਕਰੋ, ਪ੍ਰਭੂ ਪਰਮਾਤਮਾ ਦੀ ਬੰਦਗੀ ਕਰਿਆ ਕਰੋ। ਮਰਤੇ ਸ਼ਾਹੂਕਾਰਨੀ ਨੇ ਵੀ ਨਹੀਂ ਸੀ ਜਾਣਾ, ਮਰਤੇ ਸ਼ਾਹੂਕਾਰ ਨੇ ਵੀ ਨਹੀਂ ਸੀ ਜਾਣਾ, ਪਰ ਗੁਰੂ ਨਾਨਕ ਨੇ ਪਰਖਿਆ ਵੀ ਪੁੱਤ ਵਾਸਤੇ ਕੌਣ ਮਰਦਾ ਭਲਾ, ਇਹਨਾਂ ਦੋਨਾਂ 'ਚੋਂ ਪੁੱਤ ਵਾਸਤੇ ਕੌਣ ਮਰਦਾ ਭਲਾ। ਗੁਰਮੁਖੋ ਭਾਵੇਂ ਇਹ ਗੱਲ ਸੁਣਨ ਨੂੰ ਬੁਰੀ ਲੱਗੇ, ਜਦੋਂ ਸਾਡੇ ਘਰ ਵਿੱਚ ਕੋਈ ਜੀ ਚੜ੍ਹਾਈ ਕਰਦਾ ਹੈ ਨਾ, ਪਿੱਛਿਓਂ ਅਸੀਂ ਬੜੀਆਂ ਛਾਲਾਂ ਮਾਰ ਮਾਰ ਕੇ ਭੱਜਦੇ ਚਿਖਾਲ ਨੂੰ, ਮੈਂ ਵੀ ਤੇਰੇ ਨਾਲ ਸੜ ਜਾਣਾ, ਮੈਂ ਵੀ ਤੇਰੇ ਨਾਲ ਮਰ ਜਾਣਾ, ਉਹ ਤੇ ਚਾਰ ਬੰਦੇ ਰੋਕ ਰਹੇ ਹੁੰਦੇ ਨੇ ਤੇ ਬਹਾਨਾ ਜਿਹਾ ਬਣਿਆ ਹੁੰਦਾ ਵਾ, ਜੇ ਚਾਰ ਬੰਦੇ ਰੋਕਣ ਵਾਲੇ ਨਾ ਹੁਣ ਤੇ ਸਾਡੇ ਚੋਂ ਇਹ ਕਾਹਲੀ ਵੀ ਕੋਈ ਨਾ ਕਰੇ। ਇਹ ਸਿਰਫ ਇੱਕ ਡਰਾਮੇਬਾਜ਼ੀ ਹੈ, ਕੋ ਮਰੈ ਨਾ ਮੋਇਆ ਨਾਲੇ। ਜੇ ਮੋਇਆ ਦੇ ਨਾਲ ਮਰਦੇ ਹੁੰਦੇ ਫਿਰ ਗੁਰੂ ਸਾਹਿਬ ਨੇ ਪੰਕਤੀ ਨਹੀਂ ਸੀ ਲਿਖਣੀ, ਇਹ ਵੀ ਫਰਕ ਹੈ ਨਾ। ਸਿਰਫ ਚਾਰ ਬੰਦੇ ਬਾਹਾਂ ਫੜ ਕੇ ਰੋਕਣ ਵਾਲੇ ਬੈਠੇ ਹੁੰਦੇ ਨੇ, ਮਗਰ ਇਸ ਕਰਕੇ ਆਪਾਂ ਥੋੜ੍ਹਾ ਕੁ ਡਰਾਮਾ ਵੱਧ ਕਰ ਜਾਂਦੇ ਹਾਂ। ਉਹ ਡਰਾਮਾ ਜੇ ਯੱਗ ਜ਼ਾਹਰ ਕਰਨਾ ਹੋਵੇ ਤੇ ਫਿਰ ਉਹਨਾਂ ਚਾਰਾਂ ਨੂੰ ਕਹੋ ਵੀ ਭਾਊ ਛੱਡਦੇ ਹੈ, ਇਹਨੂੰ ਮਾਰ ਲੈਂਦੇ ਹਾਂ ਭਲਾ ਚਿਖਾ ਚ ਸਾਲ, ਤੇ ਜੇ ਨੇੜੇ ਜੇ ਜਾ ਕੇ ਨਾ ਲੇਟਣ ਲੱਗ ਪਵੇ ਤੇ ਜਿੱਥੇ ਮਰਜ਼ੀ ਘੇਰ ਲਿਓ। ਵਿਗਿਆਨੀ ਜੀ ਤੁਸੀਂ ਝੂਠ ਬੜਾ ਬੋਲਦੇ ਜੇ, ਨਹੀਂ ਜੇ ਮਰਦਾ ਕੋਈ। ਇਸ ਕਰਕੇ ਗੁਰਦੇਵ ਕਹਿੰਦੇ ਕੋਈ ਨਾ ਪਹੁੰਚਣ ਹਾਰਾ ਦੂਜਾ, ਜਿੱਥੇ ਗੁਰੂ ਨਾਨਕ ਪਹੁੰਚਦਾ ਉੱਥੇ ਦੂਜਾ ਕੋਈ ਨਹੀਂ ਪਹੁੰਚਦਾ। ਮੁਰਦਿਆਂ ਨੂੰ ਪ੍ਰਾਣ ਦੇਣ ਵਾਲਾ ਗੁਰੂ ਨਾਨਕ, ਐਸਾ ਗੁਰੂ ਨਾਨਕ ਜਿਹੜਾ ਠੱਗਾਂ ਨੂੰ ਸੱਜਣ ਬਣਾ ਲੈਂਦਾ ਹੈ, ਮੁਰਦਿਆਂ ਨੂੰ ਸੁਰਜੀਤ ਕਰ ਦਿੰਦਾ ਹੈ। ਗੁਰਦੇਵ ਕਹਿੰਦੇ ਆਪਣੇ ਸਾਹਿਬ ਕਾ ਭਰਵਾਸਾ, ਉਸ ਆਪਣੇ ਸਾਹਿਬ ਮਾਲਕ ਤੇ ਭਰੋਸਾ ਰੱਖ। ਆਪਣੇ ਸਤਿਗੁਰੂ ਕੈ ਬਲਿਹਾਰੈ, ਸਤਿਗੁਰੂ ਕਹਿੰਦੇ ਅਸੀਂ ਐਸ ਆਪਣੇ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਤੋਂ ਬਲਿਹਾਰੈ, ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਅੱਗੇ ਸੁਖ ਪਾਸੈ ਸੁਖ ਸਹਿਜਾ, ਘਰ ਆਨੰਦ ਹਮਾਰੈ। ਅੱਗੇ ਅੱਗੇ ਜਿੱਥੇ ਆਪਾਂ ਰਹਿੰਦੇ ਸੀ ਪਿਪਲੀ ਸਾਹਿਬ, ਗੁਰਦੇਵ ਕਹਿੰਦੇ ਉੱਥੇ ਵੀ ਬੜਾ ਸੁੱਖ ਸੀ। ਪਿਪਲੀ ਸਾਹਿਬ ਛੱਡ ਕੇ ਅਸੀਂ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਆ ਗਏ, ਇੱਥੇ ਵੀ ਬੜਾ ਸੁੱਖ ਹੈ। ਅੱਗੇ ਪਿੱਛੇ ਦੋਵਾਂ ਥਾਵਾਂ 'ਤੇ ਘਰ ਸਾਡੇ ਹਿਰਦੇ ਦੇ ਵਿੱਚ ਬੜਾ ਸੁੱਖ ਹੈ। ਇੱਕ ਅਰਥ ਗੁਰਦੇਵ ਨੇ ਇਹ ਕੀਤਾ ਹੈ, ਅਤੇ ਦੂਸਰਾ ਅਰਥ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਅੱਗੇ ਸੁੱਖ ਉਸ ਪਰਲੋਕ ਵਿੱਚ ਵੀ ਸੁੱਖ, ਪਾਛੈ ਸੁੱਖ ਸਹਿਜਾ, ਇਸ ਲੋਕ ਵਿੱਚ ਵੀ ਸਾਨੂੰ ਸਹਿਜੇ ਉਸ ਪਰਮਾਤਮਾ ਦੇ ਆਨੰਦ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਸੁੱਖ ਪ੍ਰਾਪਤ ਹੋਇਆ। ਇਸ ਕਰਕੇ ਕਹਿੰਦੇ ਘਰ ਆਨੰਦ ਹਮਾਰਾ, ਸਾਡੇ ਇਸ ਸਰੀਰ ਰੂਪੀ ਹਰੀ ਮੰਦਰ ਦੇ ਵਿੱਚ ਵੀ ਬੜਾ ਆਨੰਦ ਹੈ। ਰਹਾਓ ਰਹਾਓ ਦਾ ਵਿਸ਼ਰਾਮ ਦੇ ਕੇ ਗੁਰਦੇਵ ਬਖਸ਼ਿਸ਼ਾਂ ਕਰਦੇ ਹਨ। ਅੰਤਰਜਾਮੀ ਕਰਨੈ ਹਾਰਾ, ਸੋਈ ਖਸਮ ਹਮਾਰਾ। ਅਸੀਂ ਗੁਰਮੁਖ ਖਸਮ ਉਹ ਬਣਾਏ ਨੇ ਜਿਨ੍ਹਾਂ ਨੂੰ ਆਪਣੇ ਘਰ ਦਾ ਨਹੀਂ ਪਤਾ। ਅਸੀਂ ਖਸਮ ਉਹ ਬਣਾਏ ਨੇ, ਮਾਲਕ ਉਹ ਬਣਾਏ ਨੇ ਆਪਣੇ, ਜਿਨ੍ਹਾਂ ਨੂੰ ਆਪਣੇ ਘਰ ਦੇ ਹਾਲਾਤਾਂ ਦਾ ਨਹੀਂ ਪਤਾ। ਸਾਡੇ ਘਰ ਦੇ ਹਾਲਾਤ ਕਿਵੇਂ ਵੇਖ ਲੈਣਗੇ ਉਹ? ਮੈਂ ਫਿਰ ਬੇਨਤੀ ਕਰਾਂ, ਅੱਗੇ ਵੀ ਕਈ ਵਾਰ ਕੀਤੀ ਹੈ, ਕੋਈ ਪਹਿਲੀ ਵਾਰ ਥੋੜ੍ਹੀ ਕਰਨੀ ਹੈ। ਜਿਸ ਜੋਤਸ਼ੀ ਦੇ ਅੱਗੇ ਹੱਥ ਡਾਉਂਦੇ ਵੀ ਸਾਡਾ ਹੱਥ ਵੇਖ ਕੇ ਦੱਸੀ ਭਵਿੱਖ 'ਚ ਕੀ ਹੋਣਾ ਹੈ, ਉਹਨੂੰ ਪੁੱਛ ਕੇ ਵੇਖੋ ਵੀ ਤੇਰੇ ਪਾਸਟ ਵਿੱਚ ਕਿੰਨੀਆਂ ਜੁੱਤੀਆਂ ਵੱਜੀਆਂ ਤੇਰੇ ਕੋਲ, ਉਹਨੂੰ ਇਹ ਪੁੱਛ ਕੇ ਵੇਖੋ ਪਹਿਲਾਂ ਤੇਰੇ ਕਿੰਨੀ ਤੇਰੀ ਲਾਚਾਰਗਿਰੀ ਇਸ ਸੰਸਾਰ ਵਿੱਚ ਹੋ ਚੁੱਕੀ ਹੈ। ਜਿਹਦੇ ਅੱਗੇ ਅਸੀਂ ਹੱਥ ਕਰਦੇ ਹਾਂ, ਉਹਨੂੰ ਉਹ ਆਪ ਘਰੇ ਬੈਠਾ, ਆਪ ਦੁਕਾਨ ਤੇ ਬੈਠਾ ਹੋਵੇ ਤੇ ਘਰੇ ਕੋਈ ਬੰਦਾ ਬੱਤੀ ਨਾਲ ਲੱਗ ਕੇ ਮਰ ਗਿਆ ਹੋਵੇ, ਉਹਨੂੰ ਨੀ ਪਤਾ ਲੱਗਣਾ? ਉਹਨੂੰ ਉਦੋਂ ਹੀ ਪਤਾ ਲੱਗਣਾ ਤੇ ਫੋਨ ਖੜਕਣ ਆਣ ਕੇ, ਭਾਊ ਅੱਜ ਤੇਰੀ ਘਰ ਵਾਲੀ ਦਾ ਹੱਥ ਤਾਰਨ ਲੱਗ ਗਏ, ਭੱਜ ਜਾ ਛੇਤੀ। ਤੁਹਾਡਾ ਹੱਥ ਵਹਿੰਦਾ ਵਹਿੰਦਾ ਛੱਡ ਕੇ ਵਿੱਚੇ ਭੱਜ ਜਾਏਗਾ, ਉਹ ਤੁਹਾਨੂੰ ਕਹੇਗਾ ਤੁਹਾਡਾ ਹੱਥ ਬਾਅਦ 'ਚ ਵੇਖੋ, ਪਹਿਲਾਂ ਘਰ ਦੇ ਅੰਤ ਵੇਖ ਲਿਆ ਜਾਂਗਾ। ਅਸੀਂ ਝੂਠਿਆਂ ਨੂੰ ਗੁਰੂ ਮੰਨ ਬੈਠੇ ਹਾਂ, ਪਰ ਇੱਥੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਅੰਤਰਜਾਮੀ।
मैं अंतरजामी गुरु का पला पकड़े। अंतरजामी गुरु कौन है? गुरु नानक। अंतरजामी गुरु नानक किवें है? कहिंदे सन धक्के नाल बाबा तैनू नमाज पढ़ाउणी है। धक्के नाल कहिंदे सी बाबा तैनू नमाज पढ़ाउणी है। बाबे ने कहा पहला तुसीं पढ़ो, पहला तुहाडी वेखां वी तुसीं की पढ़दे जी भला। तुसीं पढ़ोगे तुहाडे वल वेख के ट्रेनिंग करूंगा फिर ही मैं पढ़ूंगा। तो जिस वेले नमाजी ने नमाज पढ़ी तो की वेखदा घरे घोड़ी सूई है, घोड़ी ने बछेरा दिता है, पिछे खड्डा है, कितने बछेरा खड्डे च ना डिग पे, जे खड्डे डिग पिया बछेरा मरजू। एडी कीमती घोड़ी है, जे बछेरा बाजू तो फिर कीमती चंगा विकजू। गुरु नानक साहब सच्चे पातशाह ने नमाज ना पढ़ी तो पीर जी बड़े गुस्से हुए, मौलवी साहब बड़े लोहे लाखे हुए। नानक तू नमाज नहीं पढ़ी, तू साडे मगर नहीं लगा, तू साडे मगर ऐ नहीं कीता, तू गोड्या भार नहीं होया, तू कन्न नहीं फड़े, तू ऐनू धोन नहीं मरोड़ी। गुरु नानक साहब सच्चे पातशाह कहन लगे मौलवी साहब पहला तुही दसो भी किन्ने क कन्न फड़े जे। मौलवी कहिंदा मैं नमाज पढ़ी। गुरु नानक साहब कहन लगे दीन ते अमान नाल दसी कि नमाज पढ़दा है जां घोड़ी दा बछेरा सांभदा सी। ढह के चरनी पै गया, ढह के चरनी पै गया, कहन लगा नानक गल सही है तेरी, नमाज तो मैं केवल एक तैनू ही हराने वास्ते पढ़ रहा सा, वैसे मैं घोड़ी का बछेरा ही सांभ रहा सी। वैसे मन च घोड़ी का बछेरा ही सी भी कितने वह ना टोए च डिग पे, वह ना खड्डे च डिग पे। गुरु नानक साहब सच्चे पातशाह कहन लगे मौलवी इस करके मैं तुहाडे वाली नमाज नहीं पढ़ता। नमाज तो मैं पढ़ता पर मैं निरंकार वाली नमाज पढ़ता। इस करके गुरु नानक साहब नूं कहिंदे ने अंतरजामी। इस करके गुरु अंगद साहब सच्चे पातशाह नूं, गुरु अमरदास साहब जी नूं, गुरु रामदास साहब जी नूं, गुरु अर्जन साहब सच्चे पातशाह ने कहा अंतरजामी। वह अंतरजामी की करता है? करना हारा सब कुछ करने वाला वो है। चंगा की, माड़ा की, बुरा की, भला की, नफा की, नुकसान की, सब कुछ करना हारा वो है। इस करके गुरदेव कहिंदे सोई खसम हमारा, मैं मालक उन्हों बनाया जिहड़ा सारा कुछ करन वाला है, मैं उन्होंने भी बनाया जिहड़े दो चार दस काम कर सकते ने, मैं मालक वो बनाया है जिहड़ा सब कुछ करन वाला ताकत वाला है। निरभउ भए गुण चरनी लागे इक राम नाम आधारा। जिहड़े सतगुरां दे ऐ संतरजामी, सतगुरां दे चरनी पै गए, जिन्हां ने उहदे राम दे नाम नूं अपना आधार ते आसरा मन लिया, वो निरभउ भए, निरभउ हो गए, कोई डर ना रहा, कोई खौफ नहीं रहा। जे खौफ ही नहीं रहा तो आप उहदा महीना शहादतां दा है ना, जे खौफ ही नहीं रहा तो पोहदा महीना शहादतां दा है। तो मैं सवेरे सवेरे जो एक ग्रंथ खोलिया ना तो उहदे विच एक विचार आई भी सुन ग्यानी ध्यान नाल, जे किते गुरु खालसे नूं हुंदा खौफ डर ते पोहदा महीना नहीं सी किसी ने कुछ भी मनाउणा, नहीं सी मनाईआं जाणीआं शहादतां, नहीं सी शहीदियां दे खिताब मिलने। क्योंकि खौफ वाले बंदे ने कहना है भी ठीक है जी असीं तुहाडे मगर लग के, औरंगजेब साहब कोई गल नहीं आपां जो तुसीं कहो उही कहण नूं तैयार हां। तुसीं जो कहोगे ना, जे तुसीं कहो ना भी रब दा नाम नहीं लैणा भी औरंगजेब दा ही लिया करो, ते असीं उह वी लैण नूं तैयार हां, साडे जान बख्श दिओ, मारिओ ना सानूं। पर लेकिन पोह दा महीना शहीदियां नाल क्यों भर गया? निरभउ भए, निरभय सी, कोई डर नहीं सी बंदे दा, ते खौफ ही नहीं, औरंगजेब का कोई खौफ नहीं, ना साहबजादियां नूं, ना गुरु साहिबान नूं, ना सिंघां नूं, ना शहीदां नूं, ना बच्चियां नूं, ना बजुर्ग माइयां नूं, ना बजुर्गां नूं, किसे नूं कोई खौफ नहीं सी। जे खौफ नहीं सी ते फिर पोह दा महीना बन गया शहादतां दा महीना, फिर पोह दा पहला हफ्ता बन गया शहीदी हफ्ता। बनिया तां जे निरभउ भए, निरभउ तां होए गुर चरनी लागे, गुरु दे चरनी लगे सन, ते गुरु दे चरनी लगे इक राम नाम आधारा, उन्होंने एक नूं अपना आधार आसरा मन्या, बाकी सब दुनिया नूं त्याग दिता। सफल दर्शन अकाल मूरत प्रभ है पी होवन हारा। सफल दर्शन कहते ने अपा सुभाविक बोली च कई रह कह दें, माड़ी गल भी नहीं, चलो सत्कारत शब्द है,
पर लेकिन यह भावना से शरदा वाला शब्द है, इतने शरदा वाले अर्थ ने। गुरदेव कहिंदे ने सफल दर्शन। आपां कई रहा कोई बंदा मिले तो आप कहिंदे होर सुनाओ की हाल चाल ने, तो अपने मुख चो मलो मली निकल जाता भाऊ तेरे दर्शन करके निहाल हो गए। परम गुरमुखो वो गल साड़ी एक माण सत्कार की है, पर बंदे नूं बंदा वेख के कदे निहाल नहीं जो है। सड़दे तो मैं तुहानूं 3500 मिला दिना कहो दे, जे कोई बहस की चक बहस का विशा बन जाए ना भी ज्ञानी जी तुसीं इह गल क्यों की, बंदे वल वेख के बंदे सड़दे ते 3900 मिला दिना तुहानूं मैं कि गरीब का पुत सैट हो गया ना कि गवांढी उदा ही मची जाते ने सड़ना। किसी के घरे रोग आ गया तो गवांढ़ियों को बड़ी खुशी है, चंगा होना घरे रोग आया। सानू ये साड़ियाँ अंदरलियाँ भावना ने, साढ़े अंदरले बलबले ने। किसी का काम सैट हो गया, किसी ने कुली तो कोठी कर ली तो सानू उदा ही अग लगी जानी है, तो जे किसी दी नीहां बह गई छत पाड़ गई है ना, आपां कहना चंगा होया इन्हां दी पाड़ गई, चंगा होया इन्हां दी छत टुट गई, चंगा होया इन्हां दी कंध। असीं गुरमुखों साढ़े अंदर ये नफरत दी ये साड़ा साढ़े अंदर सड़दी हुई दुनिया ते गुरमुखों आपां तमाम वेंदे आ, पर ठरे हुए जिहड़े शीतल मनुख ने विरले ही मिलते ने। वह कितों मिलते ने? सफल दर्शन। तो सफल दर्शन है कहता है बंदा का ना, सफल दर्शन है गुरु का। जे गुरु का दर्शन करिए, गुरु का सफल दर्शन क्यों है? क्योंकि अकाल मूर्त गुरु मरण से जमण तो रहत है। अकाल मूर्त वो जी मूर्त है ना, वह मरण से जमण च नहीं आती। अकाल मूर्त प्रभ, वह प्रभु परमेशर ही है कि जरा मरण से जमण च नहीं आता। है भी वनहारा, पहला भी सी हुण भी है, वो आद अंत तक रहेगा। दुनिया अज है शायद कल ना होवे। अज दी 13 तरीक एक महीना 2023 दुनिया है, हो सकता कि 14 तरीक नूं दुनिया ना होवे, पर जिहड़ा वाहिगुरु निरंकार है वह है, पहला भी सी भी हुण भी है, होवनहारा ओ अंत तक रहेगा। कंठ लगाए अपने जन राखे अपनी प्रीत प्यारा, वो अपने प्यारियां नूं अपनी प्रीति बख्शदा है। ते जदों बहुती प्रीत विच भिज जांदे ने प्यारे, फिर वो अपने कंठ नाल अपने जना नूं ला लैंदा है। वड्डी वड्याई अचरज शोभा कारज आया रासे, जिहड़ा इहदे विच शब्द आया ना अचरज, इहदे अर्थ इह ने एक शोभा मिलदी है जिहड़ी दुनिया दिंदी है। वो फिर गल उत्थे आ गई ना जिहड़ी आपां विच जे जाके कही सी वी लोकी अज कहिंदे ने वी भाऊ बड़ा चंगा है, ते कल परसों नूं लोकां कहणा भाऊ बहुत माड़ा है। पिछलियां वोटां च कहिंदे सी सरपंच बहुत चंगा है, अगलियां वोटां च कहिंदे सरपंच माड़ा। हुण कहिड़े सरपंच नूं सिंगो गए ने, हुण कहिड़ा ढुड्डा मारन लग पिया, हुण कहिड़ा किसे नूं चक वढ़न लग पिया। सिर्फ इह दुनिया दी वडियाई सी थोड़े दिनां दी सी, दुनिया दी वडियाई सी थोड़े दिनां दी सी, पर जिहड़ी वाहिगुरू दी वडियाई उह वड्डी वडियाई है। वड्डी वड्याई अचरज शोभा, अचरज दा भाव हुंदा विस्माद शोभा, जिहड़ी कदे शोभा मुकणी नहीं। प्रधानमंत्री मोदी 2-3 वारी प्रधानमंत्री बन गया तो शोभा हैगी है, तो हुण विरोध होण डिया, तो अगली वार नूं कोई लथ गया तो फिर होर विरोध हो जाणा, तो होर शोभा डिग पैणी ना थल्ले। मुड़ते ते ना मुड़के ते साबका हो ही जाणा ना, पर कदे किसे ने वेख्या वी कोई संत साबका होया होवे? कदे किसे ने वेख्या किते लिखिया होवे वी अज साबका संत दी बरसी है? जां तुसीं वी मनाउणी है बरसी, की भला तुसीं लिखोगे साबका संत बाबा गज्जन सिंह जी दी बरसी? नहीं, संत कदे साबका नहीं, संत दा कदे निरादर नहीं, क्योंकि उहनूं वाहिगुरू ने अचरज भाव विस्माद शोभा दित्ती है। जिन्हों वाहिगुरु ने विस्माद शोभा दित्ती है उहदा कारज आया रासे, उहदे जीवन दा जिहड़ा कारज सी उह रास आ गया, सफल हो गया जीवन। असीं गलियां नालियां बना के कहिंदे वी कारज रास हो गया, पर गली नाली कोई जीवन थोड़ी है साडा। गली होवे नाली होवे पिंड दा कोई थड़ा बन गया तो आपां कहिंदे कारज रास हो गया, नहीं। गुरमुखा जे कारज रास करना तो फिर गुरु की विस्माद शोभा पा जिहदे नाल जीवन का कारज रास हो जावे। नानक को गुर पूरा पेटे हो सगले दुख विनाशे, पर लेकिन जिहड़ी विस्माद शोभा मिलनी कित्थों है?
नानक कौ गुर पूरा भेटो। जिन्ना चिर पूरा गुरु नहीं भेटते मिलते, पूरे गुरु नहीं मिलते। मैं फिर बेनती करदा समाप्ति ते, कबीर सुख ना एह जुग। बाबा जी कहिंदे ने कबीर इस सुख विच जुग नहीं, इस जुग विच सुख नहीं हैगा। ते बाबे नूं आपां पुछ रहे वी बाबा एडा तूं इन्ना वल तल के जो कहन डिया, ते सीधा गल दस वी गल की आनूं सुख क्यों नहीं। ते बाबा कहिंदे करिया है जो बहुते मीत, जिहड़ा बहुतियां नूं मित्र बना लिया सुखी कदे रह ही नहीं सकदा। जिहड़ा बहुतियां नूं गुरु धारण कर लिया भी सुखी नहीं रह सकदा। जिहड़ा बहुतियां नूं बापू बना लैंदा, आ वेख्या घर च मां प्यो दा मुंडे सत्कार नहीं करदे, बाहर पंज पंज मम्मियां बनाईआं होईआं ने। घर वाला बापू बेचारा सारा सियाल बिना जुत्ती तो कट गया, ते बाहर तीन तीन डैडी बनाए हुए ने। घर वाले घर भावे मां प्यो रिड़कता रहे, तो बाहर लिया मां प्यो नूं पीजे खवा रहे ने, जाओ पापा जी पीजा खा लो। वह भलिया जिन्हें जन्म दिता कि उन्होंने भी पानी का घुट पुछ के वेख लाया। इस करके साड़ी विपरीत उल्ट रीति उल्ट हो गई साड़ी। इस करके गुरदेव कहिंदे ने पूरे नूं मिल, जे पूरे नूं मिलेगा तो असीसा मिलनिया ने। इस करके नानक कहो गुर पूरा भेटो, की होएगा पूरे गुरु नूं मिलन नाल की होगा, अपनी मां ते प्यो नूं मिलन नाल की होएगा। गुरदेव कहिंदे सगले दुख बनासे। सगले का भाव हुंदा सारे, एक सिर दर्द कली नहीं, लत पीड़ कली नहीं, ढिड पीड़ कली नहीं, जां कोई अड़कन पै गई वह कली नहीं। सगले का भाव सारे ही जिन्हें दुख ने तेरी जिंदगी च, वह बिनासे नास हो जाएंगे जे तेनों पूरा गुरु लभ जे कित मिल पे। तो ये गुरु अर्जन साहब सच्चे पातशाह जी ने अज कृपा की। आप समूह संगतां दा बहुत बहुत धन्यवाद। कल नूं संगरान दा दिहाड़ा है, माघी दी संगरान दा। आप संगतां ने जतन करना अमृत वेले गुरु घर दर्शन देन दी कृपालता करनी। संगरान दा जो समागम हुंदा समा उही है, कोई 8:15 बजे दे करीब संपूर्ण समाप्ति। पर लेकिन जतन करिया करो, कुछ समा पहला आया करो, बाणी भी सुनिया करो, कथा भी सुनिया करो, गुरु के चरणों में बैठ के हाजरी भी भरिया करो। दूसरी बेनती, बीबियां सुखमनी साहब जी का जाप कर दिया रही ने, पूरा पोदा महीना बीबियां ने रोजाना लड़ीवार जपजी साहब ते सुखमनी साहब के जाप किए ने। इन्हों का बहुत बहुत माइया बच्चिया बीबिया का धन्यवाद, धन्यवाद। इन्हों के चरणों से नमस्कार है। इन्होंने सच्ची साहबजाद्या की खुशी जी है वह बाणी पढ़ के प्राप्त की है, ली है। इन्हों बीबिया ने भी अज का दिन तो कल का दिन सुखमनी साहब के जाप करने ने शहीदों याद करद्या होया। इन्हों का बहुत बहुत धन्यवाद माइया बच्चिया का। सतगुरु कृपा करन सारे नगर के सिर पर मेहर भरिया हथ रखन, चढ़दी कला की दात बख्शिश करन। दो पंक्तियां पढ़ के समाप्ति है जी। वड्डी वड्याई अचरज शोभा, कारज आया रासे, नानक कौ गुर पूरा भेटियो, सगले दुख विनासे। वाहिगुरु जी का खालसा, वाहिगुरु जी की फतेह। तू ठाकर तुम पै अरदास, जियो पिंड सब तेरी रास।